They took down God! ਮਾਰੀ ਮੈਂ ਆ ਜਾਵਾਂਗਾ ਠੀਕ ਹੈ ਮੇਰੇ ਨਾਲ ਆਓ ਇਸ ਕਮਰੇ ਦੇ ਵਿੱਚ ਇਹ ਜੇ ਸਿਰ ਚੀਕਾਂ ਮਾਰੇ ਨਾ ਕਿਧਰ ਆ ਨਾ ਜਾਵੀ ਮੈਂ ਉਸਦੇ ਨਾਲ ਹੋਵਾਂਗਾ ਆ ਘਬਰਾਉਣਾ ਨਹੀਂ ਡਾਕਟਰ ਸਾਹਿਬ ਆ ਜਾਣਾ ਠੀਕ ਹੈ ਮੈਂ ਆ ਜਾਵਾਂਗਾ ਕੋਈ ਐਸੀ ਗੱਲ ਨਹੀਂ ਕੋਈ ਐਸੀ ਗੱਲ ਨਹੀਂ ਛੁਰੀ ਕਿਹੜੀ ਹੈ ਛੁਰੀ ਇਹ ਵੀ ਜਾਂ ਇਹ ਵੀ ਉਹ ਯਾਦ ਤਾਂ ਘਬਰਾਉਣਾ ਨਹੀਂ ਜਵਾਨਾ ਮੈਨੂੰ ਬਚਾ ਲੈ ਬੇਫਿਕਰ ਹੋ ਜਾ ਹੋ ਜਾਵਾਂ ਕਿੱਥੇ ਉਹ ਕੁਛ ਵੀ ਨਹੀਂ ਹੁੰਦਾ ਮੈਂ ਤੇਰੇ ਨਾਲ ਆ ਮੈਂ ਕਦਰ ਹੋ ਗਈ ਤਾਂ ਮੈਂ ਕੀ ਹੋਏਗਾ ਅਈ ਓ ਹੋ ਮੈਨੂੰ ਲੱਗਦਾ ਤੇਰੇ ਘਰ ਕੇਬਲ ਨਹੀਂ ਹੁੰਦੀ ਇਹ ਕੀ ਕਰਨ ਲੱਗੀ ਸੈਂ ਕੋਈ ਗੱਲ ਨਹੀਂ ਬੰਦਾ ਤੇਰੀ ਇੱਥੇ ਧੋਣ ਵਾਟ ਦੇਵੇ ਤੇ ਬਾਕੀ ਪਿੰਡ 'ਚ ਕਣਕ ਪਾ ਦੇ ਮੈਂ ਹੈਰਾਨ ਆਪਣੇ ਹਿਸਾਬ ਤੋਂ ਉਹ ਜ਼ਮਾਨੇ ਨੇ ਸਾਰੇ ਨੇ ਬੰਦੇ ਡਰਾਈਵਰ ਰੱਖੇ ਹੋਏ ਨੇ ਉਹ ਸਾਰਾ ਮਾਈ ਰੱਖੀ ਹੋਈ ਮਾਈ ਨਹੀਂ ਮੈਂ ਤੇ ਇਸ ਗੱਲੋਂ ਹੈਰਾਨ ਆ ਉਹ ਫੌਕਸੀ ਫੌਕਸੀ ਨੂੰ ਕਿਵੇਂ ਚਲਾਉਂਦੀ ਉਸ ਇਹ ਪਾ ਕੇ ਤੇ ਬਾਂਦਰਾਂ ਨੂੰ ਪੀਟੀ ਕਰਾਉਂਦੀ ਦੱਸੋ ਉਹ ਸਾਡੇ ਰੈਂਕ ਦੀ ਹੈ ਤੂੰ ਤੇ ਕਹਿੰਦੀ ਤੇ ਕਹਿੰਦੀ ਸਾਨੂੰ ਵੀ ਝੂਟਾ ਦਿੱਤਾ ਕਰ ਤੇਰੇ ਲੈਬੋਰਟਰੀ ਲੈ ਕੇ ਜਾਂਦੇ ਜੂਸ ਪੀਣ ਨਹੀਂ ਨਹੀਂ ਗੱਡੀ ਤੇ ਹਾਂ ਆ ਗੱਡੀ ਤੇ ਹੀ ਗੱਡੀ ਤੇ ਲੈ ਕੇ ਜਾਵੇਂ ਆ ਜਾ ਆ ਹੁਣੇ ਹੀ ਹਾਂ ਉਹ ਤੂੰ ਘਰ ਦੇ ਕੰਮ ਕਰ ਅਸੀਂ ਤੇਰਾ ਲਿਬਰਟੀ ਜਾ ਰਹੇ ਹਾਂ ਠੀਕ ਹੈ ਚਲੋ ਜੀ ਚਲਾ ਇਹ ਫਰਸ ਕਰ ਇਹ ਗੱਡੀ ਹੈ ਇਹ ਗੱਡੀ ਹੈ ਅੱਛਾ ਪਹਿਲੇ ਪ੍ਰੈਕਟਿਸ ਕਰਨੀ ਹਾਂ ਅੱਛਾ ਆ ਜਾ ਬੜੀ ਉੱਚੀ ਗੱਡੀ ਹੈ ਬਈ ਏਡੀ ਲੰਮੀ ਛੱਤ ਹੈ ਦੀ ਨਹੀਂ ਬਹਿ ਜਾ ਅੱਛਾ ਬਹਿ ਕੇ ਜਾਣਾ ਹਾਂ ਚਲੋ ਜੀ ਕਿਉਂ ਮੈਨੂੰ ਬੈਨ ਕਰਾਣਾ ਹੀ ਭਰਾ ਵਾਹ ਮੈਂ ਹੀ ਭਰਾ ਹੋ ਜਾਵਾਂ ਕਿਧਰੇ ਘਾੜੀ 'ਚ ਮੈਨੂੰ ਨਾ ਪੰਜਵੇਂ ਚਲਾ ਦੇਵੇ
ਚਲੋ ਜੀ ਗੱਲ ਸੁਣੋ, ਮੈਨੂੰ ਵੀ ਨਾਲ ਲੈ ਚਲੋ। ਅਸੀਂ ਤੇ ਕਾਫੀ ਦੂਰ ਨਿਕਲ ਗਏ। ਮੈਨੂੰ ਨਹੀਂ ਪਤਾ ਮੈਂ ਨਾਲ ਜਾਵਾਂਗੀ। ਹੈਂ? ਮੈਂ ਨਾਲ ਜਾਵਾਂਗੀ। ਅਸੀਂ ਦੋ ਚੌਕ ਅੱਗੇ ਆ ਗਏ ਆ। ਤੈਨੂੰ ਬੜਾ ਤਰਸ ਆਉਂਦਾ, ਓਏ ਬੜੀ ਤਰੀਕੀ ਤੈਨੂੰ ਨਹੀਂ ਪਤਾ ਹੈ। ਤੇਰੇ ਮੂੰਹ ਤੇ ਡੱਕ ਲਾ, ਕੋਈ ਸੈਕਸੀ ਗਾਣੇ ਲਾ। ਅੱਛਾ, ਮੈਂ ਕਾਲਾ ਕੁੜਤਾ ਪਾਇਆ, ਹੁਣੇ ਮੈਂ ਲਾਵਾਂਗਾ। ਮੈਂ ਕਾਲਾ ਕੁੜਤਾ ਪਾਇਆ, ਹੁਣੇ ਮੈਂ ਲਾਵਾਂਗਾ। ਇਹ ਗੱਡੀ ਦੇ ਵਿੱਚ ਹੀ ਲੱਗਾ ਹੋਇਆ ਸਾਰਾ ਸਿਸਟਮ। ਚੱਲ ਓ ਓ ਓ, ਏਡੀ ਜ਼ਾਲਮ ਬ੍ਰੇਕ ਲਾਈ ਆ। ਮੈਂ ਤਾਂ ਬ੍ਰੇਕ ਨਹੀਂ ਲਾਈ। ਅੱਛਾ, ਮੈਨੂੰ ਫਿਰ ਮਹਿਸੂਸ ਹੋਈ ਹੈ। ਅੱਛਾ ਚਲੋ, ਹੈਂ ਬੰਦੇ ਤੇਰੇ 'ਚ ਵਾੜੀ ਜਾਂਦੇ ਨੇ। ਅੱਗੂ ਉਹ ਵੀ ਤੈਨੂੰ ਕੱਢਣਗੇ। ਆ ਗੱਡੀ ਚੋਂ ਨਿਕਲ ਕੇ ਮੈਨੂੰ ਗੱਲ ਕਰਨੀ ਪਈ ਹੈ। ਮੈਨੂੰ ਖਾਲੀ ਦੌਣ ਨਜ਼ਰ ਆਈ ਸੀ। ਚਲੋ ਜੀ, ਚੱਲ ਛਿੱਕ ਰੱਖ। ਛਿੱਕ ਰਹੀ ਆ। ਆ ਜਰਾ ਇਸ ਦੀ ਹੈਂਡ ਬ੍ਰੇਕ ਛਿੱਕੀ। ਉਹ ਕਿਦੋਂ ਛਿੱਕਣੀ ਹੈ? ਯਾਨੀ ਤੈਨੂੰ ਇਹ ਨਹੀਂ ਪਤਾ ਵੀ ਹੈਂਡ ਬ੍ਰੇਕ ਕਿੱਥੋਂ ਖਿੱਚੀਦੀ? ਨਹੀਂ, ਹੈਂਡ ਬ੍ਰੇਕ ਤਾਂ ਨਹੀਂ ਤੈਨੂੰ ਪਤਾ? ਨਹੀਂ। ਆ ਗੱਡੀ ਇਹ ਤੈਨੂੰ ਮੈਂ ਦੱਸਦਾ ਕਿੱਥੋਂ। ਇਹ ਕੀ ਹੈ ਬਾਈ? ਆ ਯਾਰ ਅਸੀਂ ਲਿਬਰਟੀ ਜਾ ਰਹੇ ਹਾਂ। ਅੱਛਾ, ਗੀਸੀਆਂ ਕਰਦੇ ਤੇ ਹੋਰ ਕਿਤੇ ਜਾ ਰਹੇ? ਆ ਜਾ ਰਹੇ ਬੱਚਿਆ, ਕਾਰ ਹੈ। ਅੱਛਾ, ਗੱਡੀ ਹੈ। ਗੱਡੀ ਜ਼ਰਾ ਤੇਜ਼ ਰੱਖੀ ਕਿਉਂਕਿ ਸਫ਼ਰ ਲੰਮਾ ਹੈ। ਕੁਛ ਮੈਨੂੰ ਮਹਿਸੂਸ ਹੋ ਗਿਆ। ਉਹ ਕੁਛ ਨੀ ਆਉਂਦਾ, ਇੱਥੋਂ ਤੱਕ ਜਾਣਾ ਹੈ ਇਹਦੇ। ਚਲੋ ਬਈ ਚਲਾਓ, ਚਲੋ ਪਿੱਛੇ ਆ ਜਾ। ਅੱਗੂ ਜੰਪ ਆਉਣੇ ਨੀ, ਕੁਛ ਨੀ ਹੁੰਦਾ ਪਾਗਲ। ਪਿਛਲੀ ਸੀਟ ਦੇ ਉੱਤੇ ਬੈ। ਅੱਜ ਡੋ ਕੋਈ ਨੀ, ਇਸ ਲਈ ਤੇਰੇ ਕੋਲ ਆਇਆ। ਚੱਲ ਬਈ ਚੱਲ, ਚਲਾ ਵੀ ਨੀ। ਏਡਾ ਏਡਾ ਨਿੱਕਾ ਡਰਾਈਵਰ ਹੁੰਦਾ? ਐਡੀ ਐਡੀ ਲੱਤਾਂ ਤੇਰੀਆਂ ਸਾਰੀਆਂ, ਤੇਜ਼ ਚਲਾ। ਯਾਰ ਨਾ ਕਰ ਯਾਰ। ਇਹ ਕਿੱਥੇ? ਮੈਂ ਡੈਸ਼ਬੋਰਡ ਤੇ ਬੈਠਾ। ਚਲੋ ਮੈਂ ਫਿਰ ਅਗਲੀ ਸੀਟ ਤੇ ਆ ਜਾਣਾ। ਸਫ਼ਰ ਤੇ ਕਰਨਾ ਹੀ ਕਰਨਾ। ਯਾਰ ਨਾ ਕਰ ਯਾਰ, ਚਲਾ ਵੀ ਤੂੰ। ਚਲੋ ਜੀ, ਚਲ ਤੇਰਾ ਛੇਕ ਕੇ ਰੱਖ। ਆਹਾ, ਮਜ਼ਾ ਆ ਰਿਹਾ ਇਹ। ਮੈਂ ਕਿਹਾ ਆਵਾਜ਼ਾਂ ਕਿੱਥੋਂ ਆ ਰਹੀ? ਇਹ ਡਿੱਗੀ ਖੁੱਲ ਗਈ ਹੈ, ਚੈੱਕ ਕਰ ਲਓ ਪਿੱਛੋਂ। ਆ ਇੱਕ ਮਿੰਟ ਰੋਕੀ, ਮੈਂ ਡਿੱਗੀ ਬੰਦ ਕਰ ਲਾ। ਅੱਛਾ, ਇਹ ਹੂੰ ਬੰਦ ਹੋ ਗਈ ਹੈ। ਆ ਆ ਜਾ। ਚਲੋ ਜੀ, ਅੱਜ ਤੇ ਮੈਂ ਇਕੱਲਾ, ਉਹਦੇ ਬੰਦੇ ਜ਼ਿਆਦਾ ਨੀ। ਓਏ ਉੱਠ ਕੀ ਭਈਆ, ਇਹ ਤਾਂ ਮਜ਼ਾ ਆ ਰਿਹਾ ਸੀ। ਇਹ ਕਿਹੜੀ ਗੱਡੀ ਸੀ? ਕਾਜ ਕੀ ਪਰੇਸ਼ਾਨੀ ਬੜੀ ਪਈ ਹੈ ਨੀ ਤਾਨੂੰ ਲੋਕਾਂ ਨੇ ਆਪਣੇ ਹੈ। ਨੀ ਗੱਲ ਦੱਸ, ਨੀ ਸਸਤੀ ਸ਼ਮੀ ਮਾਰਾ ਨੀ ਕੀ ਆ ਗਈ। ਕਾਜ ਕਹਿੰਦਾ ਫੁੱਫਨਾ ਬੰਦਾ ਫਿਰਦਾ ਪਈ, ਪਰ ਉਹਦੇ ਹੱਥ ਵਿੱਚ ਇੰਨਾ ਵੱਡਾ ਖੰਜਰ ਹੈ। ਚੋਲਣਾ ਨਹੀਂ ਮੋਰ ਖਾਣਾ ਰੱਬ, ਮੈਂ ਆਪਣੀ ਅੱਖਾਂ ਨਾਲ ਵੇਖਿਆ ਐਡਾ ਲੰਮਾ ਖੰਜਰ ਹੈ। ਇਹ ਕੋਈ ਅਰਬੀ ਕਾਤਲ ਆਇਆ ਹੋਇਆ ਹੈ। ਮੈਂ ਕਿਹਾ ਜਵਾਨਾ, ਮੈਨੂੰ ਤੇਰਾ ਸਾਰਾ, ਤੂੰ ਹੀ ਮੈਨੂੰ ਬਚਾਉਣਾ ਹੈ। ਟੈਨਸ਼ਨ ਨਾ ਲੈ, ਉਹ ਤੇਰਾ
ਜਦੋਂ ਪਹੁੰਚੇਗਾ ਇਹਦੀ ਲਾਸ਼ ਤੂੰ ਦੱਬ ਕੇ ਉਹ ਜਾ ਦਫਾ ਮੇਰੀ ਲਾਸ਼ ਤੂੰ ਕਿਉਂ ਉਹ ਜਾ ਜਾ ਕੇ ਤੇ ਰੋਟੀ ਬਣਾ ਸਾਰੀ ਰੋਟੀ ਸਾਰੇ ਵੀ ਇੱਜ਼ਤ ਹੋਵਾਂਗੀ ਜਲਦੀ ਰੋਟੀ ਬਣਾ ਤੂੰ ਡਰਾਈਵਰ ਕਾਦੀ ਹੈ ਕਦੀ ਗੱਡੀ ਵੀ ਧੋ ਲਿਆ ਕਰ ਧੋਂਦੀ ਨਹੀਂ ਗੱਡੀ ਰਾਤੀ ਮੈਂ ਵੇਖੀ ਇੰਨੀ ਇੰਨੀ ਮੈਲ ਜੰਮੀ ਪਈ ਉੱਥੇ ਉਹ ਮਾਈ ਗੱਡੀ ਧੋਤੀ ਕਰ ਕੀ ਹੈ ਬੇ ਮੇਰਾ ਕੰਮ ਹੈ ਤੁਸੀਂ ਕੰਮ ਕਰੋ ਨਾ ਤਾਂ ਮੇਰੇ ਨਾਲ ਬਦਤਮੀਜ਼ੀ ਨਾ ਕਰੀ ਕਹਿੰਦਾ ਤੇ ਬਦਤਮੀਜ਼ੀ ਕਰਾਂਗੀ ਅੱਲਾ ਦਾ ਵਾਸਤਾ ਹੀ ਕੀ ਅੱਲਾ ਦਾ ਵਾਸਤਾ ਨਾ ਕਰ ਇਸ ਤਰ੍ਹਾਂ ਮਜ਼ਾ ਆਉਂਦਾ ਹੈ ਨਾ ਕਰਿਆ ਕਰ ਨਾ ਕਰ ਤੂੰ ਤੇ ਮੇਰਾ ਸੋਨਾ ਸ਼ਹਿਜ਼ਾਦਾ ਹੈ ਰਾਂਝਾ ਹੈ ਮੇਰਾ ਪਤਾ ਨਹੀਂ ਕੀ ਕੀ ਹੈ ਅੱਲਾ ਦਾ ਵਾਸਤਾ ਹੀ ਓਏ ਕਿਧਰ ਇਮਰਾਨ ਹਾਸ਼ਮੀ ਦੀ ਮਾਂ ਤਾਂ ਨਹੀਂ ਬੀਬੀ ਜੀ ਸਲਾਮ ਅਲੈਕਮ ਮੈਂ
ਮੈਂ ਵੀ ਤੁਹਾਨੂੰ ਪਛਾਣ ਲਿਆ। ਕੌਣ? ਇਹੋ ਜਿਹੀਆਂ ਬਾਲਟੀਆਂ ਦਫ਼ਤਰ ਦੇ ਵਿੱਚ ਪਈਆਂ ਹੁੰਦੀਆਂ ਨੇ, ਐਂ ਪੈਰ ਨਾਲ ਦਬਾਓ ਤੇ ਉਹਨਾਂ ਦਾ ਮੂੰਹ ਖੁੱਲਦਾ। ਹੁਣ ਉਹਦੇ ਵਿੱਚ ਰੱਦੀ ਸੱਟੀ ਦੀ ਐਵੇਂ ਨਹੀਂ ਹਰ ਬੰਦੇ ਨੂੰ ਗੱਲ ਬਾਲ ਲਈ। ਹੋਸ਼ ਕੀਤੀ ਕਰ। ਇਹ
ਸਾਡਾ ਘਰ ਜਿੱਥੇ ਆਉਂਦੇ ਨਲਕਾ ਨਹੀਂ ਲਾਇਆ। ਉਹ ਕਿਹੜੀ ਸੋਹਣੀ ਕੁੜੀ ਹੈ ਤੇ ਕੱਪੜੇ ਬਾਂਧ ਰਹੀਆਂ ਨੇ ਭਾਈ ਬੱਜੀ, ਤੂੰ ਬੜਾ ਚਲਾ ਕੇ ਆਪਣੇ ਕੱਪੜੇ ਪਛਾਣ ਲੈਣਾ ਤੂੰ। ਓ ਯਾਰ ਦਫਾ ਓ ਮਰ ਜਾ ਪੇਂਡੂ ਫੈਸ਼ਨ ਹੈ। ਅਰੇ ਫੈਸ਼ਨ ਹੈ। ਅੱਛਾ ਜੀ, ਕੌਣ ਤੁਸੀਂ? ਮੇਰਾ ਨਾਮ ਕਵਨ। ਅੱਛਾ ਜੀ, ਮੈਂ ਰਜ਼ਵਾਨ ਨੂੰ ਮਿਲਣਾ ਚਾਹੁੰਦੀ ਹਾਂ। ਉਹ ਤੇ ਇੱਥੇ ਹੈ ਹੀ ਨਹੀਂ। ਤੇ ਉਹ ਵੀਰ ਕਿੱਥੇ ਨੇ? ਕੰਮ ਗਏ ਨੇ ਕਿਧਰੇ? ਅੱਛਾ, ਹਾਂ ਤੁਸੀਂ ਇੱਥੇ ਕੀ ਕਰਨ ਆਏ ਹੋ? ਮੈਂ ਰਜ਼ਵਾਨ ਨੂੰ ਮਿਲਣਾ, ਮੇਰਾ ਨਾਮ ਕਵਨ ਹੈ। ਅੱਛਾ, ਉਹਦਾ ਨਾਮ ਰਜ਼ਵਾਨ ਹੈ। ਹਾਂ ਜੀ, ਰਜ਼ਵਾਨ। ਅੱਛਾ ਅੱਛਾ ਜੀ, ਕਿਉਂ ਆਏ ਹੋ? ਸਾਡੀ ਕੰਪਨੀ ਨੇ ਇੱਕ ਬਹੁਤ ਵੱਡੀ ਮਸ਼ੀਨ ਆਜ਼ਾਦ ਕੀਤੀ ਹੈ ਤੇ ਅਸੀਂ ਉੱਥੋਂ ਨੂੰ ਚੁੱਕ ਕੇ ਤੇ ਛੱਤ ਰੱਖਣੀ ਹੈ। ਸਾਨੂੰ ਕਿਉਂ ਦੱਸਣ ਆਏ ਹੋ? ਇਹਦੇ ਬੜੇ ਫਾਇਦੇ ਨੇ। ਉਹਦਾ ਕੀ ਫਾਇਦਾ ਜੀ? ਤੁਹਾਡੀ ਹਰ ਤਕਲੀਫ ਦੂਰ ਕਰੇਗੀ। ਮਸ਼ੀਨ ਹਰ ਤਕਲੀਫ ਦੂਰ ਕਰ ਦਿੰਦੀ? ਇਹ ਮਸ਼ੀਨਾਂ ਹੁਣ ਘਰ ਤੱਕ ਆਉਣ ਲੱਗ ਪਈਆਂ। ਓ ਯਾਰ, ਟੀਵੀ ਦੇ ਉੱਤੇ ਰੋਜ਼ ਮਸ਼ਹੂਰੀਆਂ ਨਹੀਂ ਹੁੰਦੀਆਂ, ਨਵੀਂ ਤੋਂ ਨਵੀਂ ਮਸ਼ੀਨ ਇਜਾਦ ਹੁੰਦੀ। ਅੱਛਾ ਜੀ, ਇਹ ਮਸ਼ੀਨ ਨਿਕਲ ਆਈ ਹੈ? ਹਾਂ ਜੀ। ਅੱਛਾ ਜੀ, ਇਹਦਾ ਤਰੀਕਾ ਇਸਤੇਮਾਲ ਕੀ ਹੈ? ਪਹਿਲੇ ਨਾ ਮਸ਼ੀਨ ਦੇ ਉੱਤੇ ਇੰਜ ਕਰਕੇ ਬੈਠੀ ਦੇ ਤੇ ਉਹ ਮਾਵਾਂ ਬੈਣਾਂ ਦੀ ਗੱਲਾਂ ਤਾਂ ਨਹੀਂ ਕੱਢਦੀ। ਪੁੱਛ ਲੈਣਾ ਚਾਹੀਦਾ ਵੀ ਫੀਡ ਨਾ ਹੋਈ ਹੋ। ਬੇਵਕੂਫਾ, ਇਹ ਮਸ਼ੀਨਾਂ ਬੇਜ਼ੁਬਾਨ ਹੁੰਦੀਆਂ ਨੇ। ਤੂੰ ਵੀ ਅਜੀਬ। ਇਹ ਪੈਸੇ ਕਿੰਨੇ ਜੀ? 10,000 ਰੁਪਏ ਲੈਂਦੀ। 10,000? ਦੋਵੇਂ 5-5 ਪਾ ਲਈਏ। ਬੰਦੇ ਦੋ ਹੋਣ ਤੇ ਮਸ਼ੀਨ ਨਾਰਾਜ਼ ਨਹੀਂ ਹੁੰਦੀ। ਮੈਂ ਦੱਸੀ ਅਸੀਂ ਸਵੇਰੇ ਛੱਡ ਕੇ ਆਵਾਂਗੇ ਯਾਰ, ਰਿਕਸ਼ੇ ਵਾਲਾ ਲੈਣ ਆਏਗਾ। ਮੋਟਾ ਕਰਦੇ ਤੇ ਮੈਨੂੰ ਪਤਲਾ ਕਰਦੇ। ਅੱਛਾ ਜੀ, ਰਿਜ਼ਵਾਨ ਸਾਹਿਬ ਆਉਂਦੇ ਨੇ, ਇਹ ਸਾਹਮਣੇ ਕਮਰੇ ਬੈਠ ਦੱਸ ਮੈਂ। ਐਡੀ ਸੁਣੀ ਕਾਕੀ ਨਾ ਮੈਂ ਜਾਣਨਾ ਤੈਨੂੰ। ਉਹ ਤੂੰ ਕਿਤੇ ਚੈੱਕ ਤੇ ਕਰਾਂ ਮਸ਼ੀਨ ਕਿਤੇ ਨਾ ਦੀ ਨਾ ਹੋਵੇ। ਸੱਤੇ ਜ਼ਮਾਨਾ ਜਦੀਦ ਜ਼ਮਾਨਾ ਕੀ ਮਸ਼ੀਨ ਆ ਵੀ ਗਈ ਆ। ਓਏ ਮਸ਼ੀਨ ਨਹੀਂ ਹੈ ਤਾਂ ਸ਼ੈਲਾ ਬੀਬੀ ਹੈ। ਰਿਜ਼ਵਾਨ ਨੂੰ Oh!
ਅੱਗੇ ਕੀ ਕਰੇਗਾ? ਕੀ ਹੋਇਆ ਦੱਸੋ ਤੇ ਸਹੀ? ਇੱਥੇ ਹੀ ਆ ਗਏ ਨੇ ਸੱਚੇ ਮੁੱਤ ਤੁਹਾਡਾ ਅੱਛਾ ਬਿੜਾ ਮੁੱਤ ਤੇਰਾ ਮੇਰਾ ਮੈਂ ਪਤਾ ਨਹੀਂ ਕੋ ਕੀ ਸੀਨ ਸੋਚਿਆ ਹੈ ਬਦਤਮੀਜ਼ ਹੈ ਵੇ ਤੁਸੀਂ ਹੈਗੇ ਕੋਣ ਹੋ ਸਾਨੂੰ ਨਹੀਂ ਪਛਾਣਿਆ ਨਹੀਂ ਅੱਲਾ ਦੀ ਰਹਿਮਤ ਕਿਧਰ ਗਿਆ ਅੱਲਾ ਦੀ ਰਹਿਮਤ ਦੇ ਨਾਲ ਇਸ ਘਰ ਦਾ ਨੌਕਰ ਹੈ ਤੇ ਮੈਂ ਕਿਹਾ ਸਾਹਿਬ ਜੀ ਹਾਂਜੀ ਤੁਸੀਂ ਕੌਣ ਹੋ ਮੈਂ ਮੁਲਾਜ਼ਮ ਸ਼ਰੀਫ ਔਰਤ ਵਿਚਾਰੀ ਕੀ ਹੋਇਆ ਇਹ ਕਿੱਥੇ ਜਾ ਕੇ ਵੜ ਗਿਆ ਸੈਮ ਯਾ ਤੈਨੂੰ ਆਇਆ ਕਿ ਨਹੀਂ ਇਸ ਤਰ੍ਹਾਂ ਕਿਸੇ ਗੈਰ ਔਰਤ ਮਾਰਾ ਤੇਰੀ ਅੱਖਾਂ ਦੇ ਵਿੱਚ ਸੂਏ ਤੈਨੂੰ ਲੱਗ ਪਤਾ ਜਾਵੇ ਇੱਥੇ ਕਿਵੇਂ ਜਾਈਦਾ ਜਾ ਤੈਨੂੰ ਪਾਇਆ ਗਿਆ ਨੇ ਚਸਕੇ ਜਿਹੜੀ ਗੱਲ ਮੇਰੀ ਸਮ ਤੂੰ ਬਾਜ਼ ਨਹੀਂ ਆਉਣਾ ਨਾ ਇਹ ਬਾਜ਼ ਨਹੀਂ ਆਉਂਦਾ ਇਹ ਮੈਨੂੰ ਤੇ ਮੈਂ ਨੁਹਾਰੇ ਲਾਉਣਾ ਜਿਹੜਾ 250 ਪਲੇਟ ਇਹਨੇ ਧੋਤੀ ਹੈ ਸਿੱਧਾ ਹੋ ਜਾਏਗਾ ਕੁੜੀ ਨੱਚੀ ਜਾਂਦੀ ਉਹ ਫਿਰੀ ਜਾਂਦਾ ਲੱਗਦਾ ਹੀਰੋ ਦੀ ਕੋਈ ਚੀਜ਼ ਗਵਾਚੀ ਹੈ ਹੀਰੋ ਇੱਕੋ ਹੀ ਹੈ ਕਿਹੜਾ ਇਮਰਾਨ ਹਾਸ਼ਮੀ ਉਹ ਆਖਰੀ ਗੱਲ ਪਹਿਲੇ ਕਰ ਦਿੰਦਾ ਉਹ ਬੜਾ ਗੰਦਾ ਹੀਰੋ ਹੈ ਕਿਉਂ ਜੀ ਉਹ ਕਿਸੇ ਕੀ ਨਹੀਂ ਦੇਣਾ ਕੁੜੀ ਨੂੰ ਗੱਲ ਹੀ ਨਹੀਂ ਕਰਨ ਦਿੰਦਾ ਉਹਦੀ ਕੁੜੀ ਨਾਲ ਗੱਲ ਹੋਈ ਹੁੰਦੀ ਹੈ ਜੋ ਗੱਲ ਹੋਈ ਉਹ ਹੀ ਕਰ ਰਿਹਾ ਹੈ ਆ ਮੈਂ ਕੀ ਗੱਲ ਸੁਣੋ ਹੱਥ ਨਾ ਲਾ ਕਿਸ ਹੱਥ ਨਾ ਲਾ ਹੱਥ ਨਾ ਲਾ ਮੂੰਹ ਨਾ ਗੱਲ ਕਰ ਇੱਕ ਮਿੰਟ ਆਈਆਂ ਭਾਈਆਂ ਜਾਈਆਂ ਮੂੰਹ ਨਾਲ ਗੱਲ ਕਰ ਰਿਹਾ ਸੀ ਆਰਾਮ ਨਾਲ ਰਹਿ ਆਰਾਮ ਨਾਲ ਕੀ ਕਰੇਂਗੀ ਤੂੰ ਹੈ ਬਦਤਮੀਜ਼ੀ ਕਿਉਂ ਕਰੇ ਮੇਰੇ ਨਾਲ ਹੈ ਓਏ ਨਹੀਂ ਕਰਦੀ ਇਸ ਤਰ੍ਹਾਂ ਕੀ ਹੋ ਗਈ ਕੀ ਹੋਇਆ ਆਪਣੇ ਹੱਥ ਨੂੰ ਕੰਟਰੋਲ ਫੇਰ ਆ ਨਹੀਂ ਕਰ ਆ ਨਹੀਂ ਨਹੀਂ ਤੁਸੀਂ ਲੜਾ ਬਾਜ਼ ਨਹੀਂ ਆਣਾ ਇਸ ਤਰ੍ਹਾਂ ਅਸੀਂ ਕਬੂਤਰ ਵੀ ਨਹੀਂ ਆਉਣਾ ਇਸ ਤਰ੍ਹਾਂ ਤੂੰ ਸ਼ਗਨ ਹੋ ਤਾਂ ਮੈਂ ਹੁਣ ਦੱਸਣੀ ਆ ਮਜ਼ਾ ਅੱਛਾ ਜੀ ਹਾਂ ਮੈਂ ਬੁਲਾਨੀ ਆ ਆਪਣੇ ਅਬਾਸ ਖਾਨ ਪੈ ਜਾ ਮੈਂ ਕੁੱਤਾ ਕਿ ਗਾਹੜ ਆ
ਗੱਲ ਸਮਝਿਆ ਨਹੀਂ। ਉਹ ਕਹਿੰਦੀ ਸਫ਼ਰ ਤੋਂ ਆਇਆ ਇਹਨਾਂ ਦੋਵਾਂ ਦੇ ਵਿੱਚ 5 ਮਿੰਟ ਬਹਿ ਜਾ। ਅੱਛਾ ਮੈਂ ਤੇ ਨੌਕਰ ਅੱਧਾ ਘੰਟਾ ਕੱਢ ਕੇ ਆਪ ਹੀ ਹੋ ਜਾਓ। ਓ ਯਾਰ ਜੋ ਕੁਛ ਵੀ ਹੈ ਤੂੰ ਸਾਡਾ ਮਹਿਮਾਨ, ਬਾਹਰ ਤੂੰ ਘਬਰਾਉਣਾ ਨਹੀਂ, ਕੋਈ ਐਸੀ ਗੱਲ ਨਹੀਂ। ਇਹ ਤਾਂ ਡਰਾਮਾ ਹੋਰ ਪਾਸੇ ਟੋਰਨ ਲੱਗਾ। ਯਾਰ ਤੂੰ ਮਹਿਮਾਨ ਹੈ, ਕੋਈ ਇੱਕ ਪੰਮਾ ਨਹੀਂ ਦੇ ਮਨ ਜਾਂਦਾ ਏਡਾ ਸਖਤ। ਇਹ ਸਾਰਾ ਤੇਰੀ ਵਜ੍ਹਾ ਤੋਂ ਹੈ। ਚਲੋ ਜਰਾ ਚੱਲਾ ਏਡਾ ਢਿੱਡ ਕਰ ਲਿਆ ਸਾਰੇ ਮਿੱਟੀ ਖਾਣਾ। ਤੂੰ ਮੇਰੇ ਮੁਰਸ਼ਿਦ ਦਾ ਮੁੰਡਾ, ਐਸਾ ਬਗੈਰ ਤੇ ਸਾਡੇ ਕੰਮ ਹੀ ਬਹੁਤ ਕਰਦੇ। ਮੇਰੀ ਗੱਲ ਹੋ ਰਿਹਾ ਠਾਕੁਰ ਦੇ ਨੌ ਪਿਓ ਨੇ ਮੇਰੀ ਨਾ ਸਿਰਫ ਨਸ ਬਾਜੀ ਹੁੰਦੀ ਹੈ, ਮੈਂ ਤੈਨੂੰ ਦੱਸ ਦੇ ਸਾਨੂੰ ਕੰਮਿਆ ਕਰਨ ਆਈ ਹੋਈ ਮੈਨੂੰ ਪਤਾ ਲੱਗਾ ਤੂੰ ਡੈਡੀ ਹੈ, ਉਸ ਦਿਨ ਹਨੇਰੇ ਚ ਮੈਨੂੰ ਨਹੀਂ ਪਤਾ ਲੱਗਾ। ਉਹ ਹਨੇਰੇ ਚ ਕਿਤੇ ਰੁੱਕਾ ਦੇਣ ਆਇਆ ਸੀ। ਬੜਾ ਦਲੇਰ ਬੀਬੀ ਜੀ ਬੰਦਾ, ਐਡਾ ਦਲੇਰ ਬੰਦਾ ਮੈਂ ਨਹੀਂ ਦੇਖਿਆ। ਇਹਦੀ ਥਾਲੇ ਦੀ ਕੱਲੇ ਦੀ ਦੌੜ ਲੋਈ, ਫਿਰ ਦੂਜੇ ਨੰਬਰ ਤੇ ਆਇਆ। ਮੈਂ ਚਲੋ ਮੈਂ ਤਾਂ ਦਲੇਰ ਹਾਂ ਜੀ। ਇਹ ਬੇਹਯਾਰ, ਐਸਾ ਬੇਹਯਾ ਬੰਦਾ ਮੈਂ ਨਹੀਂ ਦੁਨੀਆ ਦੇ ਵੇਖਣਾ। ਤੂੰ ਕਾਹੋਂ ਮੈਂ ਵੇਖਿਆ। ਇਹ ਆਪਣੀ ਬੀਵੀ ਦੇ ਨਾਲ ਜਹਾਜ਼ ਵਿੱਚ ਬੈਠਾ ਸੀ। ਅੱਛਾ, ਅੱਜ ਵੀ ਬੈਠੀ ਆਏ ਬੈਠਾ, ਇੱਥੇ ਹੋਰ ਬੰਦਾ ਬੈਠਾ। ਇਹ ਰੋਸ ਉਸਨੇ ਆ ਕੇ ਇੱਧਰਲੇ ਬੰਦੇ ਨੇ ਪੁੱਛਿਆ ਆਪ ਕਿਆ ਲੈਂਗੇ, ਉਹ ਆਂਦਾ ਜੀ ਥੱਲੇ ਉਤਰ ਕੇ ਟੈਕਸੀ, ਉਹਨੂੰ ਆਂਦਾ ਇੱਥੇ ਨਾ ਦੇ ਦਈਏ। ਅੱਜ ਤੋਂ ਬਾਅਦ ਬੇਗਮ ਮੈਂ ਤੁਹਾਡੇ ਨਾਲ ਸਫ਼ਰ ਨਹੀਂ ਕਰਨਾ ਚਾਹੁੰਦਾ। ਟੂਟੀਆਂ ਲਾ ਕੇ ਵੇਚਣ ਡਿਆ, ਮੈਂ ਕਿਹਾ ਖੈਰ ਕਹਿੰਦਾ ਪਾਣੀ ਲਾਇਆ ਹੁੰਦਾ। ਚਲੋ ਇਹ ਸਿਆਣੀ ਗੱਲ, ਆਪਣੇ ਪਿਓ ਨਾਲ ਪਿਆ ਜਾਵੇ ਤੇ ਬਿਜਲੀ ਚਮਕੀ ਦਾ ਪਿਓ ਨੇ ਮੇਰਾ ਖਿਆਲ ਸਾਡੀ ਕਿਸੇ ਫੋਟੋ ਬਣਾਈ। ਧੋਤੀ ਬਣ ਕੇ ਮੁੱਛਾਂ ਰੱਖ ਕੇ ਖਲੋਤਾ ਤੁਹਾਡੇ ਨਾਲ, ਖੋਤਿਆਂ ਦੀ ਪਛਾਣ ਰੱਖੀ। ਹੱਸਦੀ ਉਹ ਪਛਾਣ ਮੈਨੂੰ। ਦੱਸੋ ਕੀ ਖਾਣਾ ਪੀਣਾ? ਦੱਸੋ ਇਹਦਾ ਸਾਲੇ ਦਾ ਖੋਖਾ ਜੀ। ਜਵਾਨ ਨੂੰ ਮੈਂ ਲੈ ਕੇ ਨਾ, ਤੁਸੀਂ ਜਾਣਾ ਨਹੀਂ, ਠੀਕ ਹੈ? ਇਕੱਲੀ ਛੱਡ ਕੇ ਚੱਲੇ, ਮਿੱਟੀ ਨਾ ਖਾਣ ਲੱਗ ਪਈ। ਮਿੱਟੀ ਨਾ ਮੈਂ ਦੱਸ, ਇਹ ਪਿਓ ਦਾ ਪੁੱਤਰ ਹੈ ਨਾ, ਤੇ ਹੁਣ ਮੇਰੇ ਮੂੰਹ ਮਾਰ ਕੇ ਵਿਖਾ। ਪਿਓ ਦਾ ਪੁੱਤਰ ਮੂੰਹ ਮਾਰ ਕੇ ਵਿਖਾ, ਚਵਲ ਜ਼ਮਾਨੇ ਦਾ। ਚੱਲ ਮਾਰ।
ਜੇ ਮੇਰੇ ਪਿਓ ਦਾ ਪੁੱਤਰ ਹੈ ਤਾਂ ਮਾਰ ਕੇ ਵਿਖਾ। ਤੂੰ ਮੈਨੂੰ ਮਾਰ ਕੇ ਵਾ, ਪਿਓ ਦਾ ਦੁੱਧ ਪੀਤਾ ਹੀ ਨਹੀਂ। ਰਿਜ਼ਵਾਨ ਹਾਈ ਸਵੀਟੀ। ਓਏ ਜਾਨੂ ਕੈਸੀ ਹੋ ਡਾਰਲਿੰਗ। ਮੈਂ ਠੀਕ ਹਾਂ, ਤੇਰਾ ਲਵਰ ਬੜਾ ਬਦਤਮੀਜ਼ ਨੇ। ਤੇ ਬਾਕੀ ਬੜਾ ਬਗਾਰਤ ਨੇ। ਮੈਂ ਰਾਤ ਸੁਤਾ ਪਿਆ, ਮੇਰੇ ਪੈਰ ਚ ਬਾਗ ਖਾ ਕੇ ਅੱਗ ਲਾ ਕੇ ਕੁੱਤੇ। ਹਾਂ ਯਾਰ, ਤੂੰ ਅੱਗ ਕਿਉਂ ਨਹੀਂ ਅੱਗ ਲਾਈ? ਹੱਥ ਨਹੀਂ ਨਾਲ ਦੇ ਮਾਰਦੇ ਲੈ ਕੋ। ਤੂੰ ਕੀ ਮਾਰਦਾ? ਬਹੁਤ ਤਗੜਾ ਬਗਾਰਤ ਹੈ ਜਿਹੜਾ ਮੌਕਾ ਨਹੀਂ, ਬਹੁਤ ਤਗੜਾ ਉੱਤੇ ਬੈਠ ਜਾਂਦਾ ਹੈ। ਮਾਂ ਦਾ ਕੰਨਾਂ ਤੋਂ ਲੋਹ ਦੀਆਂ ਤਾਂ ਢੀਲੀਆਂ ਕੱਢ ਦਿੰਦਾ ਹੈ। ਰੋਟੀ ਵੀ ਜ਼ਰੂਰੀ ਹੈ। ਅੱਛਾ, ਕਾਹਦੀ ਜ਼ਰੂਰੀ ਬਈ? ਕਾਹਦੀ ਜ਼ਰੂਰੀ?
200 लग गया
ਖਾਣਾ ਪੀਣਾ ਮੈਨੂੰ ਇਹ ਦੱਸੋ ਕੀ ਖਾਣਾ ਪੀਣਾ ਕੋਠੀ ਪਲਾਟ ਬੰਗਲੇ ਤੋਂ ਇਲਾਵਾ ਇਸ ਤੋਂ ਇਲਾਵਾ ਕੋਈ ਉਸ ਤੋਂ ਇਲਾਵਾ ਮੈਂ ਕੁਛ ਵੀ ਨਹੀਂ ਖਾਂਦਾ ਉਸ ਤੋਂ ਇਲਾਵਾ ਬਣਦਾ ਵੀ ਕੁਛ ਮੈਂ ਜੇ ਤੈਨੂੰ 100 ਤੋਲੇ ਦਾ ਕੋਈ ਸੈੱਟ ਲੈ ਸੈੱਟ ਮੈਂ ਤੁਹਾਨੂੰ ਦਿਆਂਗਾ 33 ਦੱਸ ਲੈਣਾ ਤੇ ਛੇਤੀ ਦੱਸ ਓਏ ਹਾਂ ਜਲਦੀ ਕਾਹ ਓਏ ਬੱਚੇ ਵੀ ਆ ਰਹੇ ਲਾਤੇ ਹੀ ਕਾਦੀ ਚੜਾ ਲੈ ਪਾਕਿਸਤਾਨੀ ਗਾਣਾ ਮੈਂ ਸੁਣਦਾ ਨਹੀਂ ਕਿਹੜਾ ਗਾਣੇ ਨਹੀਂ ਠੀਕ ਹੈਗੇ ਪੱਪੀਆਂ ਦੇ ਪੈਸੇ ਵੱਖਰੇ ਜੱਫੀਆਂ ਦੇ ਵੱਖਰੇ ਇੱਧਰ ਠੀਪੇ ਪਾਓ ਇੱਧਰ ਬੱਦੇ ਪਾਓ ਸੈੱਟ ਮੈਂ ਤੈਨੂੰ ਦੱਸਣ ਡਿਆ ਨਹੀਂ ਮੈਂ ਇੰਨੇ ਜੋਗਾ ਮੈਂ ਤੈਨੂੰ ਇੱਕ ਛੱਲਾ ਲੈ ਦਾ ਪਲਾਸਟਿਕ ਦਾ ਉਹ ਬੜਾ ਹੋਰ ਪਾਰਟੀਆਂ ਨੇ ਤੇ ਖੁਸਰਾ ਘੇਰ ਲੈਂਦੇ ਹੋ ਚੰਗਾ ਅੱਧਾ ਘੰਟਾ ਬਾਅਦ ਚੋਂ ਘੁੱਟਦਾ ਵੀ ਕਾਸ਼ ਰਿਜ਼ਵਾਨ ਆ ਜਾਣਾ ਅੱਜ ਉਹਨੂੰ ਮੈਂ ਛੱਡਣਾ ਨਹੀਂ ਹਾਈ ਜੋਗਾ ਹੈਲੋ ਹਾਊ ਆਰ ਯੂ ਫਾਈਨ ਥੈਂਕ ਯੂ ਐਂਡ ਯੂ ਨਾਲ ਸੋ ਸਵੀਟ ਕਿੰਨੇ ਪਿਆਰੇ ਲੱਗ ਰਹੇ ਨਾ ਥੈਂਕ ਯੂ ਡਾਰਲਿੰਗ ਆਪਕੋ ਪਤਾ ਹੈ ਆਪ ਜੈਸੇ ਲੜਕੇ ਮੇਰੀ ਖਾਬੋਂ ਮੇ ਆਤੇ ਹੈ ਆਪ ਜੈਸੀ ਲੜਕੀਆਂ ਬਹੁਤ ਅੱਛੀ ਹੋਤੀ ਹੈ ਅੱਛਾ ਜੋ ਲੜਕੋ ਕੋ ਫੌਰਨ ਰਿਸਪੌਂਸ ਦੇਤੀ ਹੈ ਰੀਲੀ ਆਪ ਰਿਸਪੌਂਸ ਦੇਤੀ ਰਹੇਗੀ ਤਾਂ ਠਰਕੀ ਪਲਤੇ ਰਹੇਗੇ ਆਪ ਬਿਲਕੁਲ ਹੀਰੋ ਲੱਗਦੇ ਹੈ ਫਿਲਮੋਂ ਮੇ ਕਿਉਂ ਨਹੀਂ ਆਤੇ ਥੈਂਕ ਯੂ ਫਿਲਮ ਮੈਂ ਨਹੀਂ ਆਤਾ ਮੈਂ ਘਰ ਵੀ ਜਲਦੀ ਆਤਾ अच्छा आपके साथ लड़कियां फंसती हैं बहुत ज्यादा लेकिन मैं इतनी लिफ्ट नहीं करवाता ना कसम से बंदे को कोई आइडियल भी तो होता है ना बिल्कुल जैसे आप कमर पे हाथ रखा हुआ है ना रखा हुआ है मजा आ रहा है ये तो मजा आता हो रहा आइसक्रीम होंगी कोई भी लड़की आए ऐसे ही करते हो करना चाहिए ना अच्छा जिंदगी को एंजॉय करना चाहिए डार्लिंग हां हां इतना लिबरल होना चाहिए क्यों नहीं आप एंजॉय कर रही हो बहुत इतने घट रही हो तुम बहुत ज्यादा इतने अभी तो कुछ भी नहीं हो जा सीधा भैया मैं की के तू किधर मेरी पैंट का कलर मैं सिर्फ चेक कर रहा तू घर की है नहीं नहीं मैं मजाक कर रहा था ठग ली थी ना यकीन कर बैठा तेरी मां भी तू अच्छा कि पागल है ये ओए पागल नहीं है ए लंगड़े बाबा होने चले गोले गाना लावे गाना लावे गाना लावे गाना लावे गाना लावे गुजरावे गुजरावे ਮੈਂ ਸਾਰੀ ਜ਼ਿੰਦਗੀ ਗੋਲੀ ਨਹੀਂ ਮਰਵਾਈ ਮੈਂ ਤੈਨੂੰ ਦੱਸਦਾ ਕੁਛ ਨਹੀਂ ਹੁੰਦਾ ਖਬਰਦਾਰ ਲਾਇਆ ਜਾਣਾ ਇੱਥੇ ਕੋਈ ਹੈ ਬਚਾਓ ਰਾਜਨੀਲ ਛੱਟੀ ਦੇ ਪੁੱਤਰ ਸਾਰੀ ਜ਼ਿੰਦਗੀ ਗੋਲੀ ਨਹੀਂ ਮਰਵਾਈ ਇਸ ਉਮਰੇ ਗੋਲੀ ਮਰਵਾ ਲਈ ਸਾਲਿਆ ਮੈਂ ਤੇ ਇਸ ਉਮਰੇ ਮਰਵਾਈ ਤੂੰ ਤੇ ਘੰਟੇ ਘੰਟੇ ਬਾਅਦ ਮਰਵਾਉਣਾ ਕਰਦੇ ਗੋਲੀ ਮਾਰ ਦੇ ਤੂੰ ਨਾ ਕਰੇ ਮੈਂ ਨਾ ਕਰੇ ਤੇਰੇ ਨਾਲ ਹੈ ਨਾ ਨਾਲ ਹੈ ਨਾ ਲੈ ਕਦਲ ਮੇਰਾ ਨਾਲਾ ਕਿਨੇ ਕਟਿਆ ਹਾਲੇ ਤੂੰ ਦੇਖ ਜ਼ਰਾ ਤੇਰਾ ਨਾਲਾ ਕਿਨੇ ਕਟਿਆ ਕਿਨੇ ਕਟਿਆ ਉਹ ਜਿਹਨੇ 250 ਦਿੱਤਾ ਸੀ ਅੱਛਾ ਉਹ ਜ਼ਾਲਮਾ ਮੇਰੀ ਮਾਸੂਮ ਭੈਣ ਦਾ ਕਤਲ ਕਰਦਾ ਅੱਛਾ ਇਹ ਮਾਸੂਮ ਨਾ ਕਹੋ ਸਾਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢ ਲਓ ਤੁਸੀਂ ਦੋਵੇਂ ਭੈਣਾਂ ਮਾਸੂਮ ਨੇ ਜੀ ਮਾਮਾ ਮੇਰਾ ਕੋਈ ਤਲਕ ਨਹੀਂ ਬੱਚੇ ਕਿਹਾ ਕੀ ਬਾਜੀ ਭੈਣ ਮੇਰੀ ਏ ਬੇਟਾ ਹੁਣ ਤੂੰ ਬਾਜੀ ਕਹਿਣਾ ਤੂੰ ਪਛਾਣਿਆ ਮੈਨੂੰ ਮੇਰੀ ਮੁੰਨੀ ਇਤਨੀ ਬੜੀ ਹੋ ਗਈ ਤੂੰ ਮੈਂ ਤੇਰੀ ਸ਼ੈਤਾਨ ਸ਼ੈਤਾਨ ਓਏ ਅੱਲਾਹ ਅੱਲਾਹ ਜੀ ਸ਼ੈਤਾਨ ਕੀ ਕਰੇ ਓਏ ਮੈਂ ਨਾ ਮਾਰ ਗੋਲੀਆ ਓ ਮੇਰਾ ਕੁੱਤਾ ਕੰਨ ਕੰਨ ਨੱਕ ਕਿੱਥੇ ਗਿਆ ਐ ਤੇ ਮੇਰੇ ਗੋਲੀ ਮਾਰ ਦਿੱਤੀ ਆ ਡੈਡੀ ਦੀ ਭੈਣ ਨੂੰ ਬੇਵਾ ਕਰਤਾ ਏ ਤੇ ਚੋਰੀ ਨਾ ਸੀ ਦੱਸੀ ਮੈਂ ਇਹਨੂੰ ਚੌਂਕ ਤੇ ਨਾ ਜੁੱਤੀ ਤੇ ਤੂੰ ਨਸੀਬ ਵੀ ਕਿਤੇ ਬੁੱਲਾ ਰਗੀ ਪਾਈ ਨਾ ਖੇਲੀ ਖੇਡ ਲੈ ਕੁੱਤੇ ਦੇ ਛਾੜ ਦੇ ਸਾਲਾ ਨਾ ਜੁੱਟ ਜੁੱਤੀ ਐਨੀ ਬਰੀਕ ਹੈ ਬੁੱਲੋ ਦੇ ਬਸ ਕਰਨੀ ਐਨੀ ਜ਼ਿਆਦਾ ਪ੍ਰੋਮਿਨੈਂਟ ਨਾ ਕਰ ਲੰਮੀਆਂ ਜਈਆਂ ਆ ਪਿਸਤੌਲ ਵੇਚ ਕੇ ਬਾਹਾਂ ਦਾ ਕੱਪੜਾ ਲੈ ਕੇ ਤੇ ਪੂਰੀਆਂ ਕਰਾ ਅਚਾਰੇ ਐਡਾ ਤੂੰ ਚੋਹਾ ਰਹਿ ਗਿਆ ਕਿਤੇ ਰਜ਼ੀਆ ਦੀ ਅੰਮੀ ਹਾਂ ਸੁਲਤਾਨਾ ਆਪਣਾ ਮੌਕਾ ਬਿਆਨ
ਬਹੁਤਾ ਪਤਾ ਨਾ ਵਹਿੰਦੀ ਰਹਿੰਦੀ ਮੈਨੂੰ ਨਾ ਚੁੰਝ ਵਾਲਾ ਬੂਟ ਹੀ ਉੱਤੋਂ ਵਿਚਾਰਾ ਮਾੜਾ ਜਿਹਾ ਹੀ ਤੂੰ ਅੱਗੇ ਹੋ ਜਾ ਜਾਰੇ ਦੇ ਸਾਲਿਆ ਜਲੰਧਰ ਦੇ ਮੋਚੀ ਆ ਕੋਸ਼ਿਸ਼ ਕਰਨਾ ਚਲੋ ਨਾ ਘਬਰਾਓ ਅਸੀਂ ਆ ਗਏ ਨਾ ਟੈਨਸ਼ਨ ਨਾ ਲਓ ਹੈ ਕਿਹੜੇ ਕਮਰੇ ਤੈਨੂੰ ਤਾਂ ਖੁਦ ਕਸ਼ਮ ਲੈਣੇ ਕੁਛ ਨੀ ਕਹਿਣਾ ਨਿਕਲ ਕੇ ਮੈਨੂੰ ਵਜਣੀ ਹੈ ਗੱਲ ਕੋਈ ਨੀ ਹੈਗੇ ਅਸੀਂ ਬਸ਼ੀਰ ਕਿਲਾ ਲੱਗਦਾ ਇੰਜੀ ਉਹ ਮੈਂ ਕਿਹਾ ਕਹਿੰਦੀ ਖੁੱਲ ਕੇ ਆ ਗਈ ਏ ਇਹ ਸਾਡੇ ਵਾੜੇ ਦੀ ਤਾਂ ਨਹੀਂ ਹੈਗੀ ਔਰਤ ਜ਼ਾਤ ਏ ਓਏ ਇਸ ਲੰਮੇ ਨੇ ਕਿਧਰੇ ਵੇਖਿਆ ਮੈਂ ਤੈਨੂੰ ਕਿਹਾ ਨਾ ਸਾਨੂੰ ਕੋ ਵੇਖਦਾ ਪਿਆ ਆਉਂ ਪਿਛਲੀ ਗਲੀ ਵਾਲ ਕੁਝ ਨਹੀਂ ਲੱਗਣਾ ਇਹ ਕਿੱਥੋਂ ਆਇਆ ਪੋਇਆ ਕਾਰੀਗਰ ਓਏ ਟੈਡੀ ਬੱਕਰੀ ਹੈ ਤੇਰਾ ਓਏ ਬੜਾ ਤੇਰਾ ਵੈਸਪੇ ਦੀ ਗੱਦੀ ਵਰਗਾ ਮੂੰਹ ਫਵਾ ਤੀ ਲਾਲਾ ਤੂੰ ਬੜਾ ਸਾਈਕਲ ਵਰਗਾ ਹੈ ਓਹਦੀ ਬਹਿਣ ਤੇਰੀ ਭੈਣ ਨੂੰ ਬੁਲਾਉਂਦੇ ਸਾਰਾ ਮਟੀਰੀਅਲ ਤੇ ਖਾ ਛੋਟਾ ਜਿਹਾ ਪਿੰਡ ਤੇ ਤੇਰੀ ਭੈਣ ਲਈ ਕੁਛ ਵੀ ਨਹੀਂ ਆਪ ਤੇ ਤੂੰ 350 ਮੰਗਦੀ ਆ ਤੇਰੀ ਬਰਛੀ ਨਹੀਂ ਜਿਹੜੀ ਤੂੰ ਜਵਾਨ ਤੇਰੀ ਬਰਛੀ ਏਡੀ ਹੋਣੀ ਚਾਹੀਦੀ ਖੰਜਰ ਤੇ ਗਰਮੀਆਂ ਚ ਹੁੰਦਾ ਗਰਮੀਆਂ ਦੀ ਤੇ ਵਾਰਦਾਤ ਹੈਗੀ ਦੱਸੋ ਕੀ ਖਾਣਾ ਪੀਣਾ ਕੀ ਖਾਣਾ ਪੀਣਾ ਨੇ
ਮੈਕਡੋਨਲਡ ਦਾ ਬਰਗਰ ਮੰਗਵਾਉਣਾ ਮੈਂ ਤੇਰਾ ਟਿੱਕੀਆਂ ਖਾਣ ਵਾਲਾ ਮੈਕਡੋਨਲਡ ਦਾ ਗਲਤ ਕਰ ਦਿੱਤੇ ਤੂੰ ਲਾਇਆ ਕੇਐਫਸੀ ਵਾਲਾ ਤੇ ਤੇਰਾ ਸੋਹਰਾ ਕੀ ਲਿਆਣਾ ਮੈਕਡੋਨਲਡ ਦਾ ਬਰਗਰ ਪਹਿਲੇ ਇਹਨੂੰ ਕਹਿਣਾ ਸਿੱਖੀਦਾ ਮੈਕਡੋਨਲਡ ਫਿਰ ਉਹ ਦਿੰਦੇ ਨੇ ਓਏ ਮੈਂ ਦਾਰਾ ਬੱਚੀਆਂ ਜਿਸ ਤਰ੍ਹਾਂ ਮਰਦੀ ਆ ਆਮ ਬੰਦੇ ਨੂੰ ਆਖੀਦਾ ਨਾ ਆਓ ਜੀ ਰੋਟੀ ਖਾ ਲਓ ਆਓ ਜੀ ਰੋਟੀਆਂ ਖਾ ਲਓ ਮਾਰ ਗੱਡੀ ਲੈਣਾ ਚਾਹੁੰਦਾ ਇਹਨਾਂ ਦੇ ਅਸਲ ਭਰਾ ਨੀ ਛੇਤੀ ਮੰਨਦੇ ਉਹ ਕਦਨ ਕਹਿ ਕੇ ਸੌ ਜਾਂਦੇ ਨੇ ਅੱਛਾ ਮੈਨੂੰ ਸਹੀ ਸਹੀ ਗੱਲ ਦੱਸੀ ਕੀ ਬਾਤ ਤੇ ਗੁੜਤੀ ਕਿਸੇ ਕੰਜਰ ਨੇ ਦਿੱਤੀ ਸੀ ਤੈਨੂੰ ਬਸ ਤੁਸੀਂ ਆਏ ਸਾਲ ਕੋਈ ਸਿੱਧੀ ਰਹਿਣੀ ਨਹੀਂ ਦਿੰਦਾ ਤੂੰ ਗੈਰਤ ਖਾ ਪੈ ਜਾ ਇਹਨੂੰ ਬੰਦਾ ਰਹਿ ਕੇ ਰੋਟੀ ਖਾਵੇ ਜਾਂ ਗੈਰਤ ਖਾਵੇ ਮੈਨੂੰ ਕਿਉਂ ਇਹਨੂੰ ਭੈਣ ਕੇ ਆਈ ਕਿਉਂ ਕੇ ਆਈ ਨਹੀਂ ਕਹਿਣਾ ਚਾਹੀਦਾ ਆਏ ਗਏ ਦੋਸਤਾਂ ਲਈ ਬਿਹਤਰ ਹੁੰਦੀ ਹੈ ਇਹਨੂੰ ਭੈਣ ਕਹਵੇ ਦੀ ਤੁਹਾਡੀ ਬਕਾ ਤੇ ਤੁਹਾਡਾ ਬਕਾਇਆ ਮੈਂ ਨਹੀਂ ਕਹਿਣਾ ਲੈ ਮੈਂ ਇਹਨੂੰ ਭੈਣ ਕਹਿ ਕੇ ਤੇ ਪੈਦਲ ਫਿਰਦਾ ਰਵਾਂ ਇਸ ਤਰ੍ਹਾਂ ਬੋਲਣ ਨਾਲ ਤੂੰ ਚੌਧਰੀ ਹੋ ਜਾਏਗਾ ਨਹੀਂ ਨਾ ਹੋਇਆ ਨਿਕਾਹ ਉਸ ਤੋਂ ਪਹਿਲਾਂ ਦੇ ਦਿੱਤੀ ਮੈਂ ਤਲਾਕ ਰੌਲਾ ਕੀ ਹੋਇਆ ਰੌਲਾ ਕੀ ਹੋਣਾ ਹੋਇਆ ਕੀ ਸੀ ਨਹੀਂ ਪਤਾ ਹੋਇਆ ਕੀ ਸੀ ਰੌਲਾ ਕੀ ਸੀ ਪਿੱਛੇ ਕੀ ਸੀ ਆਈ ਕੀ ਸੀ ਗੋਲੀ ਕੀ ਸੀ ਬੱਚੀ ਕਿਉਂ ਰੋ ਰਹੀ ਇਹ ਤੇ ਹੋਇਆ ਹੋਰ ਕੀ ਹੋਇਆ ਤੂੰ ਮਰੀ ਕੀ ਹੋਇਆ ਕੀ ਹੈ ਓਏ ਕੁਛ ਕਹੀ ਨਾ ਮੈਂ ਤੈਨੂੰ ਦੱਸਾਂ ਤੈਨੂੰ ਤੇਰੀ ਮਾਂ ਦੀ ਕਸਮ ਮੈਂ ਓਏ ਮੈਂ ਤੇਰਾ ਮਾਲਕ ਆ ਅੱਛਾ ਮਾਰੀ ਕੀ ਭੈਣ ਕਹਿ ਦਿੱਤੀ ਬਗੈਰ ਤਗੜਾ ਵੇਖੋ ਕਿੰਨਾ ਹੀ ਉਹ ਤੂੰ ਬਾਥਰੂਮ ਕਿਉਂ ਨਹੀਂ ਜਾਂਦਾ ਪੁੱਛ ਬਈ ਨਾ ਬਾਥਰੂਮ ਕਿਉਂ ਨਹੀਂ ਜਾਂਦਾ ਜਾਂਦਾ ਹੈ ਜਿਹਨੂੰ ਪੈਸੇ ਦੇ ਕੇ ਆਂਦਾ ਉਹਨੂੰ ਪੁੱਛ ਲੈਂਦੇ ਕਿੰਨੇ ਪੈਸੇ ਲਏ ਸੀ ਯਾਰ ਭੈਣ ਕਹਿ ਦਿੱਤੀ ਵਿਚਾਰੀ ਤੁਸੀਂ ਵੀ ਭੈਣ ਕਹੋ ਤੁਸੀਂ ਵੀ ਭੈਣ ਕਹੋ ਅੱਜ ਭੈਣਾਂ ਵਾਲੇ ਬਣ ਜਾਓ ਸਾਰੇ ਔਰ ਰਹਿਣ ਬਚ ਜਾਓ ਫਿਰ ਕੋ ਲੋ ਤੇਰਾ ਕੱਖ ਨਾ ਰਵੇ ਬੁੱਲਣਾ ਤੇਰੀ ਖਾਤਰ ਮਰੂਦਾ ਵਾਲਾ ਛੱਡਿਆ ਕਿਹੜਾ ਮਰੂਦਾ ਸ਼ਰਮ ਤੇ ਨਹੀਂ ਤੈਨੂੰ ਆਉਂਦੀ ਬੜੇ ਅਫਸੋਸ ਦੀ ਗੱਲ ਹੈ ਸਾਹਿਬ ਜੀ ਜਿਹੜੇ
ਤੇਰੀ ਵਾਰੀ ਭਲਾ ਕਿਉਂ ਉੱਠਿਆ? ਮੈਂ ਪੈਂਟ ਪਾ ਕੇ ਲੰਘੇ ਆ। ਓਏ ਤੂੰ ਅੱਜ ਬਾਅਦ ਜਜ਼ਬਾਤੀ ਨਹੀਂ ਹੋਣਾ, ਮੈਂ ਵੀ ਲੋਕ ਜ਼ਲੀਲ ਹੋਇਆ। ਸਾਹਿਬ ਜੀ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ। ਬਸ ਮੇਰੇ ਦੋਸਤੋ, ਇਹ ਘਰ ਤੁਹਾਨੂੰ ਮੁਬਾਰਕ ਹੋਵੇ, ਇਹ ਘਰ ਤੁਹਾਡਾ, ਤੁਮ ਹੀ ਹੋ ਨਿਗਹਬਾਨ ਇਸ ਕੇ, ਇਸ ਤਰ੍ਹਾਂ ਸੰਭਾਲੋ ਇਸ ਘਰ ਕੋ। ਬਸ ਮੇਰਾ ਮਸਾਲਾ ਲੋਟਾ ਤੇ ਸੋਟਾ ਦੇ ਦਿਓ, ਮੈਂ ਜੰਗਲਾਂ 'ਚ ਜਾ ਰਿਹਾ। ਸਾਹਿਬ ਜੀ ਕੋਈ ਐਸਾ ਸੈੱਟ ਦੇ ਦਿਓ ਜਿੱਥੇ ਸਿਗਨਲ ਆਉਂਦੇ ਹੋਣ। ਮੋਬਾਈਲ ਤੇ ਰਾਬਤਾ ਰੱਖਣਾ? ਮੈਂ ਕੋਸ਼ਿਸ਼ ਕਰਾਂਗਾ, ਕਾਰਡ ਤੁਸੀਂ ਫੀਡ ਕਰਵਾਉਂਦੇ ਰਹਿਣਾ। ਬੇਫਿਕਰ ਹੋ ਜਾ, ਮੈਂ ਜਾ ਰਿਹਾ ਦੋਸਤੋ ਇਸ ਘਰ ਨੂੰ ਛੱਡ ਕੇ ਹਮੇਸ਼ਾ ਵਾਸਤੇ। ਬਸ ਮੇਰੇ ਤੇ ਛੋਟਾ ਜਿਹਾ ਐਹਸਾਨ ਕਰ ਦੇਣਾ। ਉਹ ਕੀ ਸਾਹਿਬ ਜੀ? ਮੇਰੀ ਇੱਕ ਦੋਸਤ ਹੈ ਕਤਰੀਨਾ ਕੈਫ, ਉਹ ਸਲਮਾਨ ਖਾਨ ਦੀ ਮਸ਼ਹੂਰ। ਹਾਂ, ਉਹ ਇੰਡੀਆ ਤੋਂ ਇੱਥੇ ਆ ਰਹੀ ਹੈ, ਉਹਨੂੰ ਤੁਸੀਂ ਥੋੜ੍ਹੀ ਜਿਹੀ ਕੰਪਨੀ ਦੇ ਦੇਣਾ। ਉਹਨੂੰ ਵੀ ਕਹਿ ਦੇਣਾ ਥੋੜ੍ਹੀ ਜਿਹੀ ਉਹ ਵੀ ਤਮੀਜ਼ ਕਰੀ ਹੋਏ। ਤੁਸੀਂ ਮੋਬਾਈਲ ਤੇ ਰਾਬਤਾ ਆਪਣਾ ਖਿਆਲ ਨਾ ਰੱਖਣਾ। ਗੋਵਿੰਦਾ ਬਾਈ ਅੰਦਰ ਬੈਠੇ ਹੋਏ। ਚਲੋ ਮੇਰਾ ਤੇ ਸਲਮਾਨ ਮੰਨ ਲੈਗੀ, ਉਹ ਤੇਰਾ ਕਿੱਥੋਂ ਮੰਨੇਗੀ? ਜਿੱਥੇ ਤੇਰਾ ਮੰਨੇਗੀ। ਖੇਡ ਲਈ ਬਾਹਰ ਕੋਈ ਔਰਤਾਂ ਦੀ ਟਰਾਲੀ ਲੱਗੀ। ਰਿਜ਼ਵਾਨ ਸਾਹਿਬ ਗਏ ਨੇ ਜਰਮਨੀ, ਸਵੇਰੇ ਗਏ ਨੇ ਡੇਵੋ ਤੇ ਬਹਿ ਕੇ। ਘਰੋਂ ਤਾਂ ਖੈਰ ਚਿੰਚੀ ਤੇ ਗਏ ਨੇ ਤੇ ਅੱਗੋਂ ਫਿਰ ਟਾਂਗੇ ਤੇ ਉਜਾਣਗੇ। ਗਏ ਜਰਮਨੀ ਨੇ। ਮੈਂ ਕਿਹਾ ਬੱਚਾ ਫੜ ਲਓ, ਫਿਰ ਸਾਡੇ ਚ ਰਲ ਗਿਆ ਤੇ ਖਰਾਬ ਨਿਕਲੇਗਾ। ਆ ਵੀ ਅਸੀਂ ਇੱਥੋਂ ਹੀ ਫੜਿਆ ਸੀ, ਇੱਥੋਂ ਨਹੀਂ ਸੀ ਫੜਿਆ। ਕਰਕੇ ਤੜਕਾ ਲਾਉਣ ਵਾਲੀ ਕੌਲੀ ਵਰਗਾ ਮੂੰਹ ਗੱਲ ਕੀਤੀ ਭਾਜੀ, ਏਡਾ ਹੈ ਨੀ ਪਤਾ, ਤੁਸੀਂ ਧੁਰੀਆਂ ਲੈ ਕੇ ਤੜਕਾ ਲਾਉਣ ਆਇਓ। ਆਪਣਾ ਲੱਖ ਰੁਪਈਆ ਲੈਣਾ ਜੇ। ਲੱਖ ਰੁਪਈਆ ਆਉਂਦਾ ਕੀ ਤੇ ਤੁਹਾਡਾ ਜਾਂਦਾ ਕੀ ਏ? ਚਾਰ ਗਾਣੇ ਕਰਾਣੇ ਸਿਰੇ ਸਿਰ, ਹਲਕੀ ਲਾਈਟ ਚ ਕੱਢ ਦੇਣਾ ਤੁਹਾਨੂੰ। ਮੈਂ ਕਿਹਾ ਡਾਂਸ ਡੂੰਸ ਆਉਂਦਾ ਨਹੀਂ, ਹੋਰ ਇੱਥੇ ਸਾਲੀਆਂ ਘਿਸੀਆਂ ਕਰਨ ਆਈ। ਤੁਹਾਡੇ ਘਰੋਂ ਡਾਂਸ ਇਸ ਤਰ੍ਹਾਂ ਨਿਕਲਦੇ ਸਿਰ, ਹਨੇਰੀ ਤੇ ਛਾਪਰ ਨਿਕਲਦੇ। ਥੋੜਾ ਬਹੁਤਾ ਆਉਂਦਾ? ਥੋੜਾ ਥੋੜਾ। ਤੂੰ ਥੋੜਾ ਜਿਹਾ ਕਰ ਲਾ, ਬਾਕੀ ਮੁਸਲਮਾਨਾਂ ਭਾਰਾ ਖਿੱਚ ਕੇ ਆਪੇ ਹੀ ਲੰਮਾ ਕਰ ਲੈਣਗੇ। ਤੂੰ ਜੁੱਤੀ ਲਾ, ਟੋਕਨ ਲਾਈਏ, ਜੁੱਤੀ ਧਿਆਨ ਨਾਲ ਲਾਈ ਸਰਵੇਸ਼ਾ। ਬਣ ਗਈ ਹੈ, ਇਹ ਚੌਕੀ ਖਲੋਤੇ ਸਨ।
ਮੈਂ ਤੈਨੂੰ ਵੇਖਿਆ ਨਹੀਂ। ਅੱਛਾ ਨਾ ਇਹਨਾਂ ਨੇ ਮੈਨੂੰ ਵੇਖਿਆ ਫਿਰ ਇਹ ਮੇਰਾ ਚਲਾਨ ਕਰਨਾ ਚਾਹਦੇ ਨੇ ਤੁਸੀਂ ਜਿਹੜੇ ਰਿਕਵੈਸਟ ਕਰੋ ਇਹਨੀ ਦੀ ਗੱਲ ਹੈ ਜੀ ਹਾਂ ਛੋਟੇ ਕੰਮ ਲੈ ਕੇ ਆਣਾ ਕਰੋ ਕਰੇਗਾ। ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਜਨਾਬ ਮੁੱਕੇ ਜੀ ਲੈ ਕੇ ਗੱਲ ਸੁਣੋ ਤੁਸੀਂ ਕਿੰਨੇ ਸੋਹਣੇ ਹੋ। ਓਏ ਇੱਥੇ ਜਿਹੜੀ ਕੁੜੀ ਆਉਂਦੀ ਆ ਪੁੱਤਰੀ ਆਉਂਦੀ ਮੈਨੂੰ ਲੱਗਦਾ ਤੁਸੀਂ ਮੇਰੇ ਨਾਲ ਫਸ ਗਏ ਹੋ। ਤੁਸੀਂ ਮੇਰਾ ਮੂੰਹ ਬੰਦ ਕੀਤਾ ਅਗਲੇ ਨੇ ਮੇਰੀ ਮਾਂ ਭੈਣ ਕਰਦੀ ਪਰੇ ਹੋ ਜੀ ਮੈਂ ਬੁਲਾਣਾ ਸਾਹਿਬ ਜੀ ਨੂੰ। ਕਿਹਨੂੰ ਸਾਹਿਬ ਜੀ? ਹੋਰ ਪੁਲਿਸ ਹੈ ਸਾਹਿਬ ਜੀ ਇਸ਼ਾਰਾ ਤੋੜਿਆ ਤੇ ਇਹਨੂੰ ਗ੍ਰਿਫਤਾਰ ਕਰ ਲੋ। ਇਹ ਨਾ ਮੁਰਾ ਜਾਲੀ ਦਵਾਈਆਂ ਵੇਚਦਾ। ਮੈਂ ਵੀ ਜਾਲੀ ਦਵਾ ਕਦੇ ਵੇਚੀ ਨਹੀਂ। ਅੱਛਾ ਝੂਠ ਬੋਲ ਰਹੇ ਨੇ ਜਾਲੀ ਦਵਾ ਵੇਚਦਾ। ਮੈਂ ਤਾਂ 2 ਨੰਬਰ ਵੇਚਣਾ। ਅਸਤਾਨ ਥੋੜਾ ਜਿਹਾ ਪੁੱਤਰਾ 2 ਨੰਬਰ ਵੇਚਣਾ। 2 ਨੰਬਰ ਵੇਚਦਾ ਜੇ ਇੱਧਰ ਓਏ ਚੱਲ ਸਾਹਿਬ ਜੀ। ਇਹ ਜ਼ਿਆਦਤੀ ਕਿਉਂ ਕਿ ਤੁਸੀਂ ਮਾਰੇ ਤੇ ਮੈਂ ਨਹੀਂ ਮਾਰੇ। ਉਹ ਮੋਟਰਸਾਈਕਲ ਨਹੀਂ ਆਉਂਦੀ ਆ ਨਹੀਂ ਹੈਲਮਟ ਕਿਉਂ ਪਾਇਆ ਹੀ ਤੂੰ ਦੱਸ ਤੂੰ ਇਸ਼ਾਰਾ ਕਿਉਂ ਕੱਟੇ ਜੀ? ਮੈਂ ਨਹੀਂ ਕੱਟਿਆ ਇਸ਼ਾਰਾ ਸਰ। ਮੈਂ ਨਾ ਰਹੀ ਗੱਲ ਸੁਣੀ ਮੈਂ ਦੱਸਣੀ ਆ। ਹਾਂ ਸੋ ਦੱਸੋ ਸਰ। ਮੈਂ ਤੇ ਡਾਕਟਰ ਸਾਹਿਬ ਦਾ ਸਾ ਗੱਡੀ 'ਚ। ਅੱਛਾ ਤੇ ਇਹ ਸਰਜਨ ਸਾਡੀ ਗੱਡੀ ਰੋਕੀ ਹੈ ਤੇ ਰੋਕਦੇ ਹੀ ਕਹਿੰਦਾ ਤੂੰ ਮੈਨੂੰ ਦਿਨ ਨੂੰ ਚੰਗੀ ਲੱਗਦੀ ਹੈ ਮੇਰੇ ਨਾਲ ਹੁਣੇ ਦੇ ਵਕਤ ਵਿਆਹ ਕਰ ਲੈ ਤੇ ਇਸ ਜ਼ਾਲਮ ਨੇ ਮੇਰਾ ਦੁਪੱਟਾ ਖਿੱਚ ਕੇ ਲਾ ਦਿਆ ਤੇ ਮੇਰੀ ਇੱਜ਼ਤ ਤੇ ਹੱਥ ਪਾਇਆ ਜੀ। ਓਏ 1 ਮਿੰਟ ਆ ਗਈ 1 ਮਿੰਟ। ਤੂੰ ਦੱਸ ਚੂਚਿਆਂ ਦੇ ਨਾਸਮ। ਓ ਜਨਾਬ 1 ਮਿੰਟ ਜ਼ਰਾ ਠਹਿਰ ਕੇ ਜਾਓ। ਇਹ ਕੁੜੀ ਜਿਹੜਾ ਇਲਜ਼ਾਮ ਲਾਉਣ ਡਈ ਹੈ ਹਾਂ ਉਸ ਇਲਜ਼ਾਮ ਦੇ ਤੇ ਮੇਰੇ ਹੱਥ ਇਜਾਜ਼ਤ ਹੀ ਨਹੀਂ ਦਿੰਦੇ। ਸਹੀ ਕਹਿ ਰਹੀ ਹੈ ਇਹ ਕਹਿ ਰਹੀ ਸੀ ਮੈਨੂੰ 2 ਸਟੈਪ ਵੀ ਲਗਾ ਕੇ ਦਿਖਾ। ਓਏ ਇਹ ਕਹਿ ਰਹੀ ਹੈ ਤੇ ਇਹ ਦਾ ਚਲਾਨ ਕਰੋ ਜੀ ਕਰਨਾ ਚਾਹੋ ਲੱਗ ਅੱਗੇ। ਮੈਂ ਕਹ ਤੇਰੀ ਅੱਗੇ ਲੱਗਾ ਜੀ। ਓਏ ਅੱਗੇ ਲੱਗ। ਓਏ ਅਮੀ ਅੱਗੇ ਲੱਗਾ ਤੁਸੀਂ ਜੱਤ ਕਰ ਮੇਰੇ ਨਾਲ। ਡੀਐਸਪੀ ਸਾਹਿਬ ਸ਼ੁਕਰ ਹੈ ਤੁਸੀਂ ਆ ਗਏ ਹੋ। ਨਹੀਂ ਤਾਂ ਮੈਂ ਉਹਨੇ 17 ਤੇ ਫੋਨ ਕਰਕੇ ਤੇ 15 ਦਾ ਨੰਬਰ ਲੈਣ ਲੱਗਾ ਸੀ। ਆ ਸਰ ਜੀ ਰਿੜਦੇ ਰਿੜਦੇ ਸਾਡੇ ਘਰ ਆ ਜਾਂਦੇ ਨੇ। ਓ ਯਾਰ ਤੂੰ ਕੌਣ ਹੈ? 3 ਨੱਕ ਵਾਲਾ ਭਾਈ ਆਇਆ ਕਿਸ ਵਾਸਤੇ ਹੋ? ਆਇਆ ਸਾਰਾ ਨੇ ਸਾਰਾ ਤੋੜਿਆ। ਉਹ ਤੈਨੂੰ ਹਯਾ ਨਹੀਂ ਆਈ? ਉਹਨਾਂ ਨੇ ਹੁਣ ਨਵੇਂ ਬੱਤੀਆਂ ਲਾਈਆਂ ਨੇ ਤੇ ਵਿੱਚ ਵੱਟਾ ਮਾਰਿਆ। ਲੈ ਓ ਭਾਈ ਉਹ ਗੱਲ ਨਹੀਂ ਐ ਬਲ ਰਿਹਾ ਸੀ ਤੇ ਲਾਗੋ ਨੰਗੀ ਜਿਉਂ ਸ਼ਰਮ ਨਹੀਂ ਤੈਨੂੰ ਆਉਂਦੀ? ਤੂੰ ਇਸ਼ਾਰੇ ਦੇ ਕੋਲੋਂ ਲੰਘਿਆ ਤੇ ਉਹ ਅਰਥ ਹੋ ਕੇ ਬੰਦ ਹੋ ਗਿਆ। ਉਹ ਮੈਨੂੰ ਨਜ਼ਰ ਹੀ ਨਹੀਂ ਆਇਆ ਤਾਂ ਮੈਂ ਕੀ ਕਰਦਾ? ਮੈਨੂੰ ਪਤਾ ਨਹੀਂ ਲੱਗਾ ਲਾਲ ਬੱਤੀ ਜਲਦੀ ਪਈ ਸੀ ਵਿੱਚੋਂ ਨਿਕਲ ਗਿਆ। ਓਏ ਬੱਤੀ ਦੇ ਵਿੱਚੋਂ ਨਿਕਲ ਗਿਆ? ਉਹ ਤੈਨੂੰ ਹਯਾ ਨਹੀਂ ਆਈ? ਲੈ ਜਾ ਆਪਣੇ ਪੁੱਤਰ ਨੂੰ। ਲੈ ਇਹ ਤੇਰਾ ਪਿਓ ਹੈ? ਆਇਆ ਮੇਰਾ ਪਿਓ ਹੈ ਪੁੱਤਰ ਮੈਂ ਤੁਹਾਡਾ। ਲੈ ਕਿਸਾ ਨਿਕਲ ਓਏ ਕਿੱਥੇ ਬੱਚੇ ਦੀ ਚਲਾ ਚਾ ਚਲੋ ਥਾਣੇ ਚੱਲ ਕੇ ਗੱਲ ਕਰ। ਥਾਣੇ ਚੱਲ ਕੇ ਇਹ ਮੈਂ ਕਿਹਾ ਜੀ ਤੇ ਆਪਸ ਦੀ ਗੱਲ ਹੈ ਇਹ ਜਿਹੜਾ ਸਾਜਣ ਨੇ ਇਹ ਮੇਰੇ ਦਿਲ ਨੂੰ ਚੰਗਾ ਲੱਗ ਗਿਆ ਜੀ। ਆਏ ਜੀ ਕੋਈ ਐਸੀ ਗੱਲ ਨਹੀਂ। ਓ ਲਿਆ ਅੰਦਰ ਪਿਸਤੌਲ। ਆ ਕੀ ਗਈ ਕੀ ਗਈ? ਇਹ ਮੇਰੇ ਦਿਲ ਨੂੰ ਚੰਗਾ ਲੱਗਿਆ। ਹੇਡੇ ਮੂੰ ਤੇਰੀਆਂ ਮੁੱਛਾਂ ਦਾ ਰਹਿ ਗਈ ਕਿ ਨਹੀਂ ਅਗਲੀ? ਓਏ ਉਹ ਵੀ ਰਹਿ ਗਈ ਹੈ ਤੇ ਰਹਿ ਤੂੰ ਵੀ ਗਿਆ ਹੁਣ ਆਮ ਆ ਗਈ। ਉਹ ਜਾ ਤਫਾ ਪਰ ਨੂੰ ਆਪਣਾ ਵੇਖ ਜਿਵੇਂ ਗਲੀ ਕਿ ਨੁਕਰ ਹੋ ਗਈ। ਚਲ
ਓਏ ਕਿਉਂ ਇਹ ਨਿੱਕੇ ਨਿੱਕੇ ਜਿਹੇ ਵਾੜ ਲਏ? ਮੈਂ ਕਦੋਂ ਤੁਹਾਨੂੰ ਘਰ ਚ ਵਾੜਨੀ ਆ? ਲਾਲੀ ਬੰਦੀ ਹਿਸਾਬ ਨਾਲ ਆ ਦੋਂਦੇ। ਮੈਂ ਕਹਿੰਨੀ ਆ ਅਮਰੂਦ ਇਨਸਾਨ ਨਹੀਂ ਖਾਂਦੇ। ਅਕਾਲ ਪਾਈਆ ਅਮਰੂਦ ਲੈ ਨੀ, ਪਹਿਲਾ ਅਮਰੂਦ ਕੱਟਿਆ ਤੇ ਵਿੱਚ ਕੀੜਾ। ਮੈਂ ਕਿਹਾ ਚਾਚਾ ਦੇ ਤੇ ਕੀੜਾ ਆਉਂਦਾ? ਕੋਈ ਗੱਲ ਨੀ ਪੁੱਤ, ਇਹ ਨਵੀਂ ਇੱਥੇ ਖਾਣ, ਇਹਨਾਂ ਦੀਆਂ ਕਿਹੜੀਆਂ ਵੈਗਨਾਂ ਚੱਲਦੀਆਂ। ਉਹ ਸਾਰੀ ਦੁਨੀਆ ਹੈ ਹੀ ਮਜ਼ਾ ਇਹਦਾ, ਮੈਂ ਕੀ ਕਰਾਂ। ਨਵੀਂ ਗੱਲ ਕਰੀ ਜਦ ਵੀ ਕਰੀ। ਉਹ ਜਾ ਜਾ ਕੇ ਰੋਟੀ ਪਕਾ, ਰੋਟੀ ਪਕਾਣ ਲੱਗੀ ਹੁਣ ਮੈਂ। ਸਾਬਰੀ ਜਦੋਂ ਦੇ ਗਏ ਨੇ, ਖੁਦਾ ਦੀ ਕਸਮ ਚੰਗੀ ਰੋਟੀ ਖਾ ਕੇ ਨਹੀਂ ਵੇਖੀ। ਨਹੀਂ ਨਹੀਂ, ਤੁਸੀਂ ਹੈ ਕੌਣ? ਸਾਡੇ ਘਰ ਕੀ ਲੈਣਾ ਹੈ? ਮਾਈ ਨੇਮ ਇਜ਼ ਕੈਥਰੀਨਾ ਕੈਫ ਐਂਡ ਆਈ ਐਮ ਫਰੋਮ ਇੰਡੀਆ। ਕੈਥਰੀਨਾ ਕੈਫ? ਓ ਯੈਸ। ਚੌਦੀ ਮਮਾ ਸੈਫ। ਨਾਟ ਯੂਰ ਨੇਮ ਇਜ਼ ਚੌਧਰੀ ਸੈਫ, ਮਾਈ ਯੂ ਆਰ ਅ ਪਾਕਿਸਤਾਨੀ ਨੈਸ਼। ਨਹੀਂ ਨਹੀਂ, ਅੱਛਾ ਤੁਸੀਂ ਆ ਗਏ ਹੋ, ਸਲਮਾਨ ਖਾਨ ਸਾਹਿਬ ਵੀ ਆਏ ਹੋਏ ਨੇ। ਸਲਮਾਨ ਖਾਨ ਨੂੰ ਬੁਲਾ ਕੇ ਲੈ ਗਿਆ, ਬਲਕਿ ਜਿੰਨੇ ਵੀ ਖਾਨ ਨੇ ਲੈ ਗਿਆ, ਲੇਕਿਨ ਸ਼ਰਤ ਇਹ ਵਿੱਚ ਮਰਾਸੀ ਕੋਈ ਨਾ ਹੋਵੇ। ਤੇ ਫਿਰ ਤੇ ਕੋਈ ਵੀ ਨਹੀਂ ਆਵੇਗਾ। ਟਰਾਈ ਕਰਨ 'ਚ ਕੀ ਹਰਜੇ? ਇੱਕ ਸਿਰਿੰਜ ਲੈ ਕੇ ਜਾ, ਸਭ ਨੂੰ ਪਹਿਲਾਂ ਚੈੱਕ ਕਰ। ਠੀਕ ਹੈ ਜੀ, ਮੈਂ ਉਹਨਾਂ ਨੂੰ ਲੈ ਕੇ ਆਉਂਦਾ। ਜਲਦੀ ਜਾ ਲੈ ਕੇ ਆ। ਅਤੇ ਮੈਂ ਕਿਹਾ ਹੱਥਾਂ 'ਤੇ ਦਸਤਾਨੇ ਝਾੜੇ ਹੋਏ ਨੇ, ਗੰਦੇ ਛਾਪਰ ਚੁੱਕਦੇ ਹੋ? ਗੁੱਡ ਕੁਐਸਚਨ ਤੀਲੀ, ਗੁੱਡ ਕੁਐਸਚਨ। ਅੱਛਾ ਜੀ, ਗੰਦੇ ਛਾਪਰ ਚੁੱਕਦੇ ਆ, ਆ ਚੁੱਕ ਸੁੱਟਾਂ। ਮਾਫ ਕਰਨਾ, ਮੈਂ ਆਪਣੇ ਅਲਫਾਜ਼ ਵਾਪਸ ਲਏ। ਹਾਂ ਪਲੀਜ਼, ਮੈਂ ਸਲਮਾਨ ਖਾਨ ਨੂੰ ਬੁਲਾ ਕੇ ਲਿਆਉਂਦਾ। ਆਈ ਨੀਡ ਸਲਮਾਨ। ਸਲਮਾਨ ਬੁਲਾ। ਮਲਵ ਜਨ ਚਾਹੀ ਮਲਵ, ਸਹੀ ਹੈ ਨਾ? Hi sweetie. Hello. How are you? Fine, and you? I am also fine. Who are you? My name is Katrina. Katrina? Oh yes, my name is Katrina, my mother name is Alina, and my father is very Kamina. Saun da mahina, saun da mahina. Aap Katrina ke fine filmon wali? Oh yes. Oh my god. Main aapki bahut badi fan hu. Abhi to aur ho jaungi. Wo kaise aisa jo meri quality khulegi to? Oh really? You know. Oh yeah. Mere paas sare mere Salman Khan se milwa dijiye. Kyun nahi milwaungi? Nahi, Salman se nahi milwa sakti, main aapko kisi malchiye se milwa sakti hu. Why? Wo aapko bade acche tarike se milega yun yun karke. Mujhe Salman Khan se milna hai, meet. Acha, milna hai, meet. Yes. Main samjhi chicken. Hi Katrina ji, aapke honth kitne mote hain. Istemal mein rehte hain na? Actually, मैं एक्सरसाइज करती रहती हूँ, बोलती रहती हूँ ना, इसलिए मेरे तरह होंठ बड़े हो जाते हैं, you know. Yes, I know. Oh, thank you. मैंने कहा आपकी बॉडी बड़ी सेक्सी है. अभी तो मैं नहाई नहीं हुई. जब मैं जेल कर लेती हूँ, वॉश कर लेती हूँ, तो फिर मेरी बॉडी में ना शाइन आ जाती है, यू नो. मेरी फिर बॉडी जो है वो सलमान खान जैसी हो जाती है. जैसे सलमान ऐसे करके बॉडी बनाते ना, वो मेरी तो नाड़ चढ़ जाती है ना. आई फील सम पेन ना. ओह माय गॉड. By the way, आप पाकिस्तान क्या करने आई हैं? पाकिस्तान ना सर, आप विजिट के लिए आई थी, यहाँ पर मिलने के लिए आई थी. मैं यहाँ पर एक दोस्त है अर्शद, उसको मिलने के लिए आई थी. तो मैंने सोचा कि यहाँ पर विजिट भी कर लूँ, ठीक है. और मैंने यहाँ पर देखा कि यहाँ की लड़कियाँ बहुत बैकवर्ड है. अच्छा. ओ हो हो, बहुत ही बैकवर्ड है. अभी तक वही लगी हुई है, बुढ़े बारे में ये शिट पे करना है, पांदा होवेगा जो नहीं पीछे से बंदे को बुरकी नहीं लगाई जाती उन्होंने, सुहा ਬੁੱਢਾ ਬੰਦਾ ਉਹਦੇ ਸੀਨੇ 'ਤੇ ਬੈਠ ਕੇ ਕਹਿੰਦੇ ਵੀ ਸੋਹਣੀਆਂ ਅੱਖਾਂ ਵਾਲੇ, ਮੈਂ ਰਹਿ ਗਈ ਤੇਰੇ 'ਤੇ. ਉਹ ਵਿਚਾਰਾ ਟੀਰਾ ਹੁੰਦਾ, ਬੁੱਢੀਆਂ ਤਰੀਫਾਂ ਕਰਦੀਆਂ. ਜ਼ਮਾਨਾ ਐਡਵਾਂਸ ਹੋ ਗਿਆ ਡਾਲੀ, ਸਰ ਤੁਸੀਂ ਆਪਣੇ ਆਪ ਨੂੰ ਐਡਵਾਂਸ ਕਰੋ, ਆਪਣੇ ਆਪ ਨੂੰ ਉਸ ਜਗ੍ਹਾ 'ਤੇ ਲੈ ਕੇ ਆਉਣਾ ਜਿੱਥੇ ਦੁਨੀਆ ਸਰਵਾਈਵ ਕਰ ਰਹੀ ਹੈ ਨਾ ਡਾਲੀ. ਕੈਸੇ ਜਾਣੋ? ਮੱਲਾ ਜਾਣੇ ਚਾਹੀਓ ਮੱਲਾ. ਐਕਸਕਿਊਜ਼ ਮੀ, ਇਹ ਵਲਗਰ ਹੋਤਾ ਹੈ. ਇਹ ਵਲਗਰ ਹੋਤਾ ਹੈ? ਜੀ ਜੀ ਡਾਰਲਿੰਗ, ਇਹ ਵਲਗਰ ਨਹੀਂ ਹੋਤਾ, ਇਹ ਜੋ ਹੈ ਨਾ ਨੀਗਰੋ ਸਟਾਈਲ ਹੈ. ਜਿਤਨੇ ਵੀ ਸਾਊਥ ਅਫਰੀਕਨ ਕਾਲੇ ਨੇ ਉਹ ਸਾਰੇ ਯਹੀ ਕਰਤੇ ਹੈਂ ਮੱਲਾ. ਐਕਸਕਿਊਜ਼ ਮੀ, ਯਹਾਂ ਪਰ ਵਲਗਰ ਹੋਤਾ ਹੈ. ਯਹਾਂ ਪਰ ਇਹ ਵਲਗਰ ਹੋਤਾ ਹੈ? ਹਾਂ ਜੀ. ਇਹ ਵਲਗਰ ਨਹੀਂ ਹੋਤਾ ਯਹਾਂ ਪਰ. ਇਟਸ ਪਬਲਿਕ ਡਿਮਾਂਡ. ਕਾਹਦੀ ਡਿਮਾਂਡ? ਬੱਚੇ ਭਾਵੇਂ ਭੁੱਖੇ ਮਰ ਜਾਣ, ਤੁਹਾਡੀ ਪਬਲਿਕ ਡਿਮਾਂਡ. ਆਈ ਡੋਨਟ ਨੋ ਬਟ ਪਬਲਿਕ ਡਿਮਾਂਡ. ਓਕੇ ਓਕੇ, ਆਈ ਐਕਸੈਪਟ. ਅਪਨੇ ਆਪ ਕੋ ਥੋੜਾ ਸਾ ਉਸ ਮੁਕਾਮ ਪੇ ਲੈ ਕੇ ਆਓ ਕਿ ਜਹਾਂ ਪਰ ਆਪਕੋ ਨਾ ਇੱਜ਼ਤ ਸੇ ਦੇਖਾ ਜਾਏ ਨਾ. ਇੱਜ਼ਤ
ਆਪਣੇ ਪੈਰ ਦੀ ਜੁੱਤੀ ਸਮਝਦੇ ਨੇ, ਇਹਨਾਂ ਦੇ ਨਾਲ ਸ਼ਾਨਾ ਪਛਾਣਾ ਚੱਲੋ। ਇਹਨਾਂ ਨੂੰ ਪਤਾ ਲੱਗੇ ਕਿ ਔਰਤਾਂ ਦਾ ਮੁਕਾਮ ਕਿਸੇ ਤੋਂ ਘੱਟ ਨਹੀਂ, ਇਹ ਔਰਤਾਂ ਕਿਸੇ ਤੋਂ ਘੱਟ ਨਹੀਂ। ਇੱਕ ਜਲੂਸ ਕੱਢੋ ਇਹਨਾਂ ਦੇ ਖਿਲਾਫ, ਜਲਸਾ ਕਰੋ। ਇਹ ਮਰਦ ਹੁੰਦੇ ਖਾਨਾ ਖਰਾਬ, ਸਰਾਣੇ ਦੇ ਸੱਪ ਨੇ, ਜਦੋਂ ਅੱਖ ਖੁੱਲਦੀ ਡੰਗ ਮਾਰਦੇ ਨੇ ਫਿਰ ਸੌਂ ਜਾਂਦੇ ਨੇ। ਇਹਨਾਂ ਦਾ ਦਿਹਾੜੀ ਡੰਗ ਕਢਾ ਦਿਓ, ਫਿਰ ਹਫ਼ਤਾ ਹਫ਼ਤਾ ਚੁੱਪ ਰਹਿੰਦੇ ਨੇ। ਬੜਾ ਤਜਰਬਾ ਕਤਰੀਨਾ ਜੀ ਤੁਹਾਡਾ। ਤਜਰਬਾ ਹੀ ਬੋਲਦਾ, ਮੈਂ ਨਹੀਂ ਬੋਲਦੀ, ਮੇਰੇ 'ਚ ਮੇਰਾ ਤਜਰਬਾ ਬੋਲਦਾ। ਅੱਛਾ ਜੀ, ਹਾਂ ਅੱਛਾ, ਹੋਰ ਤੁਹਾਨੂੰ ਕੀ ਕਰਨਾ ਚਾਹੀਦਾ? ਦੇਖੋ ਗੱਲ ਸੁਣੋ, ਪਤਾ ਕੀ ਹੈ ਤੁਹਾਨੂੰ, ਪਾਕਿਸਤਾਨੀ ਔਰਤਾਂ ਨੂੰ ਚਾਹੀਦਾ ਕਿ ਮਰਦਾਂ ਦੇ ਸ਼ਾਨਾ ਪਛਾਣਾ ਚੱਲੋ, ਮਰਦਾਂ ਨੂੰ ਪਤਾ ਲੱਗੇ ਕਿ ਸਾਡੀਆਂ ਔਰਤਾਂ ਕਿਸੇ ਤੋਂ ਘੱਟ ਨਹੀਂ। ਹਾਂਜੀ, ਇਹ ਔਰਤ ਨੂੰ ਸਮਝਦੇ ਨੇ ਪੈਰ ਦੀ ਜੁੱਤੀ। ਹਾਂਜੀ, ਜਦੋਂ ਇਹਨਾਂ ਨੂੰ ਪਤਾ ਲੱਗੇ ਨਾ ਅਸੀਂ ਇਹਨਾਂ ਦੇ ਸ਼ਾਨਾ ਪਛਾਣਾ ਚੱਲ ਰਹੀ ਹਾਂ, ਅਸੀਂ ਇਹਨਾਂ ਨੂੰ ਆਪਣੇ ਪੈਰ ਦਾ ਜੋਗਰ ਸਮਝੀਏ। ਸਹੀ ਹੈ, ਜੋਗਰ ਵੀ ਉਹ ਜਿਹੜਾ ਵਾਕ ਕਰਨ ਵਾਲਾ ਹੁੰਦਾ, ਕਦੀ ਸਵੇਰੇ ਪਾਓ ਕਦੀ ਸ਼ਾਮੀ ਪਾਓ। ਸਹੀ ਹੈ, ਪਤਾ ਲੱਗ ਜਾਏ ਮੁੱਛੜਾਂ ਜਿਹਾਂ ਨੂੰ ਢਿੱਡ ਕੱਟ ਕੱਟ ਕੇ ਜਿਹੜੀਆਂ ਸਾਡੀਆਂ ਚੁਗਲੀਆਂ ਕਰਦੇ ਨੇ। ਸਹੀ ਹੈ, ਇਹਨਾਂ ਦੇ ਖਿਲਾਫ ਅਸੀਂ ਜਲਸੇ ਜਲੂਸ ਕੱਢਾਂਗੇ, ਅਸੈਂਬਲੀ 'ਚ ਜਾਵਾਂਗੀਆਂ, ਇਲੈਕਟ ਹੋਵਾਂਗੀਆਂ, ਇਲੈਕਟ ਹੋ ਕੇ ਅਸੀਂ ਬਿੱਲ ਪਾਸ ਕਰਾਵਾਂਗੀਆਂ। ਸਹੀ ਹੈ, ਬੱਚੇ ਜੰਮਣਾ ਸਿਰਫ ਔਰਤਾਂ ਦਾ ਕੰਮ ਨਹੀਂ, ਬੰਦੇ ਵੀ ਜੰਮਣਗੇ। ਇਹਨਾਂ ਮਨੁੱਖਾਂ ਨੂੰ ਪਤਾ ਲੱਗ ਜਾਏ ਬੱਚੇ ਜੰਮਣ ਦੀ ਤਕਲੀਫ ਹੁੰਦੀ ਕੀ ਹੈ, ਇਹਨਾਂ ਦੇ ਪੈਰਾਂ 'ਚ ਜੰਨਤ ਆਵੇ ਇਹਨਾਂ ਨੂੰ ਅਲੱਗ ਪਤਾ ਜਾਏ। ਸਹੀ ਹੈ, ਫਿਰ ਲੋਕ ਜਿਹੜਾ ਬੈਠ ਕੇ ਕਰਦੇ ਨੇ ਦੁਕਾਨਾਂ 'ਤੇ ਗੱਲਾਂ, ਮੇਰੀ ਬੀਵੀ ਇਸ ਤਰ੍ਹਾਂ ਅਤੇ ਮੈਂ ਇਸ ਤਰ੍ਹਾਂ ਕਰਕੇ ਆਇਆ, ਅਤੇ ਅੱਗੋਂ ਬੋਲੀ ਨਹੀਂ, ਹਾਂ ਚੁਗਲੀਆਂ ਕਰਦੇ ਨੇ। ਇਹਨਾਂ ਨੂੰ ਸਾਡੇ ਵਾਲੀ ਮੁਸੀਬਤ ਹੋਵੇ, ਇਹਨਾਂ ਨੂੰ ਅਲੱਗ ਪਤਾ ਜਾਏ, ਮਾਨੋ ਬੱਚੇ ਪੈਦਾ ਕਰਨ ਤਾਂ ਕਿੱਡੇ ਭੈੜੇ ਲੱਗਣ। ਬੰਦਾ ਦੁਕਾਨ 'ਤੇ ਬੈਠਾ ਹੋਵੇ, ਨਾਲ ਬੱਚਾ ਗੋਦ 'ਚ ਪਾਇਆ ਹੋਵੇ, ਕਰਕੇ ਕੋਈ ਬੰਦਾ ਆ ਕੇ ਕਹੇ ਭਾਈ ਚੀਨੀ ਦਿਓ, ਠਹਿਰ ਜਾ ਭਾਈ ਪਹਿਲੇ ਦੁੱਧ ਦੇ ਦਿਆਂ ਬੱਚੇ ਨੂੰ। ਸਭ ਤੋਂ ਜ਼ਿਆਦਾ ਮਜ਼ਾ ਬਦਮਾਸ਼ਾਂ ਦਾ ਆਏਗਾ, ਹੱਥਾਂ 'ਚ ਪਿਸਤੌਲ ਫੜ ਕੇ ਜਾਣਗੇ, ਬਸ ਤੇਰੇ ਭਰਾ ਦੇ ਆ, 2 ਮਹੀਨੇ ਲੰਘ ਜਾਣ, ਫਿਰ ਦੱਸਾਂ। ਐ 2 ਮਹੀਨੇ ਹੋ ਖੜੇ ਤੇਰੇ ਭਰਾ ਦੇ, ਫਿਰ ਵੇਖੀ ਨਾ ਤਾਂ ਮੈਂ ਕਰਨਾ ਕੀ ਹਾਂ। ਹੋਰ ਸਾਨੂੰ ਕਰਨਾ ਚਾਹੀਦਾ, ਆਪਣੇ ਮੁਲਕ ਦੀ ਤਰੱਕੀ ਵਾਸਤੇ ਸੋਚਣਾ ਚਾਹੀਦਾ, ਵੇਖਣਾ ਚਾਹੀਦਾ ਕਿਤੇ ਕਿਤੇ ਪਾਲਟੇ, ਕਿਤੇ ਕਿਤੇ ਪਾਲਟੇ, ਉੱਥੇ ਉੱਥੇ ਔਰਤਾਂ ਜਦੋਂ ਜਾਣਗੀਆਂ, ਵੇਖਣਾ ਸਾਡਾ ਮੁਆਸ਼ਰਾ ਕਿਵੇਂ ਤਰੱਕੀ ਕਰ ਜਾਏਗਾ। ਕੀ ਕਰਨਾ ਚਾਹੀਦਾ? ਜਿਸ ਤਰ੍ਹਾਂ ਪੀਸੀਓ ਚੱਲਦੇ ਨੇ, ਪੀਸੀਓ ਤੇ ਜਦੋਂ ਦੀਆਂ ਔਰਤਾਂ ਬੈਠੀਆਂ ਨੇ ਕਾਲਾਂ ਵੱਧ ਗਈਆਂ ਕਿ ਵੱਧ ਗਈਆਂ, ਕਿਧਰੇ ਕਿਸੇ ਨਹੀਂ ਵੀ ਗੱਲ ਕਰਨੀ ਹੁੰਦੀ, ਐਵੇਂ ਕਾਲੀ ਜੀ ਦੇ ਕੋਲ ਖਲੋ ਤੇ ਘੰਟਾ ਘੰਟਾ ਲਾ ਦਿੰਦੇ ਨੇ। ਹੋਰ ਸਾਡੇ ਟ੍ਰੈਫਿਕ ਦਾ ਨਿਜ਼ਾਮ ਨਹੀਂ ਠੀਕ ਹੋ ਰਿਹਾ। ਜਿਸ ਮੁਲਕ ਦੇ ਟ੍ਰੈਫਿਕ ਦਾ ਨਿਜ਼ਾਮ ਠੀਕ ਨਾ ਹੋਵੇ, ਮੁਲਕ ਕਦੀ ਤਰੱਕੀ ਨਹੀਂ ਕਰਦਾ। ਜਿੰਨੀ ਵੀ ਦੁਨੀਆ ਤਰੱਕੀ ਕਰ ਰਹੀ ਆਪਣੇ ਰੋਡਸ ਦੀ ਵਜ੍ਹਾ ਤੋਂ ਕਰ ਰਹੀ ਹੈ। ਬਿਲਕੁਲ, ਮੈਂ ਚਾਹੁੰਦੀ ਹਾਂ ਕਿ ਅਸੀਂ ਜਿੰਨੀਆਂ ਵੀ ਨੱਚਣ ਵਾਲੀਆਂ ਔਰਤਾਂ ਅਸੀਂ ਇਸ਼ਾਰਿਆਂ 'ਤੇ ਆ ਜਾਈਏ। ਇਸ਼ਾਰਿਆਂ 'ਤੇ? ਹਾਂ, ਪਹਿਲਾਂ ਚਿੱਟੀਆਂ ਵਰਦੀਆਂ ਵਾਲੇ ਆਏ, ਉਹਨਾਂ ਨੇ ਕੁਛ ਨਹੀਂ ਕੀਤਾ, ਉਸ ਤੋਂ ਬਾਅਦ ਹੁਣ ਜਿਹੜੇ ਆਏ ਨੇ ਸ਼੍ਰੀਲੰਕਾ ਤੋਂ ਬੁਲਾਏ ਨੇ, ਪਤਾ ਨਹੀਂ ਸ਼੍ਰੀਲੰਕਾ, ਸਾਰੇ ਸ਼੍ਰੀਲੰਕਨ ਹੀ ਨੇ, ਇੱਥੋਂ ਤਾਂ ਲੱਗਦਾ ਕੋਈ ਨਹੀਂ, ਹੱਥਾਂ 'ਚ ਚਿੱਟੇ ਦਸਤਾਨੇ ਪਾ ਕੇ ਗੱਡੀ ਇੰਜਨ ਰੋਕਦੇ, ਜਿਵੇਂ ਧੋਣਾ ਸਿਰ ਰੋਕਣ ਦੇ, ਅਤੇ ਰਸੀਦ 700 ਦੀ ਫੜਾਉਂਦੇ ਨੇ, 700 ਇੱਥੇ ਪਿਆਰ ਨਾਲ ਰੋਕੇ 700 ਰੁਪਏ ਦਾ ਚਲਾਨ ਠੋਕ ਕੇ ਅਗਲੇ ਕਹਿੰਦੇ ਚਲੋ ਵੀ ਜਾਓ, ਪਰ ਬਗੈਰ ਉਸ ਜਾਣ ਹੀ ਨਹੀਂ ਦਿੰਦੇ। ਅਸੀਂ ਇਸ਼ਾਰੇ ਦੇਖ ਲਓ ਜੀ, ਇਹਨਾਂ ਨੱਚਣ ਵਾਲੀਆਂ ਔਰਤਾਂ, ਇਮਾਨ ਨਾਲ ਮਜ਼ਾ ਆ ਜਾਏ। ਨਹੀਂ ਨੱਚਣ ਵਾਲੀ ਤੂੰ ਹੈਗੀ ਨਹੀਂ, ਆਪਣੇ ਆਪ ਨੂੰ ਕਿਆ ਇਕੱਲੀ ਅੱਛਾ, ਤੂੰ ਨੱਚਣ ਵਾਲੀ ਨਹੀਂ, ਤੂੰ ਪੱਖੇ ਬਣਾਉਂਦੀ। ਮੈਂ ਪਰਫਾਰਮੈਂਸ ਕਰਦੀ ਹਾਂ। ਮੈਂ ਤੇਰੇ ਸਦਕੇ ਚਲਾ ਜਾਊਂ, ਉਧਰ ਵੀ ਪਰਫਾਰਮੈਂਸ ਹੀ ਕਰਨੀ ਹੈ ਇਸ਼ਾਰੇ 'ਤੇ ਖੜੀ ਹੋ ਕੇ, ਇਮਾਨ ਨਾਲ ਤੂੰ ਇਸ਼ਾਰੇ 'ਤੇ ਖਲੋਤੀ ਹੋਵੇ, ਨਾਲ ਤੇਰੇ 4-5 ਔਰਤਾਂ ਹੋਣ, ਮੁਖਤਲਿਫ ਇਸ਼ਾਰੇ 'ਤੇ ਤੁਸੀਂ ਖਲੋਤੀਆਂ ਹੋ, ਐਂ ਕਰਕੇ ਤੁਸੀਂ ਖਲੋਤੀਆਂ ਹੋਵੇ, ਕੋਈ ਬੰਦਾ ਵੀ ਇਸ਼ਾਰਾ ਕਰਾਸ ਹੀ ਲੱਗ ਰਿਹਾ ਜੀ, ਖਲੋਤਾ ਰਹੇ ਹਫ਼ਤਾ ਹਫ਼ਤਾ, ਕੋਈ ਬੰਦਾ ਘਰ ਚਲਾ ਜਾਏ ਮੇਰੇ ਮੂੰਹ 'ਤੇ ਥੁੱਕ ਦੇ, ਬੰਦਾ ਕਰ ਨਹੀਂ ਚੱਕ। ਤੁਸੀਂ ਚਲਾਨ ਵੀ ਜ਼ਰਾ ਪੁੱਠੇ ਕਰ ਲੈ ਨੇ, ਕਿਵੇਂ ਬਾਕੀ ਚਲਾਨ ਕਰਦੇ, ਤੇਰਾ ਬੰਪਰ ਠੀਕ ਨਹੀਂ, ਤੇਰੀ ਲਾਈਟ ਠੀਕ ਨਹੀਂ, ਤੇਰਾ ਸਟੀਅਰਿੰਗ ਮਹਿੰਗਾ, ਤੇਰੀ ਗੱਡੀ ਥੋੜ੍ਹੀ ਚੇਂਜ ਕਰਕੇ ਬਾਹਰ ਨੂੰ ਗਏ, ਤੁਸੀਂ ਚਲਾਨ ਹੀ ਇਸ ਗੱਲ ਤੋਂ ਕਰਨਾ, ਤੇਰੀ ਗੱਡੀ 'ਚ ਡੈਕ ਨਹੀਂ ਹੈ, ਤੇਰੇ ਸਪੀਕਰ ਛੋਟੇ ਨੇ, ਤੇਰੀ ਗੱਡੀ 'ਚ ਉਹ ਗਾਣਾ ਨਹੀਂ ਹੈ ਜੱਫੀ ਕੁੱਟ ਕੇ ਜੇ ਪਾਵੇਂ ਇੱਕ ਵਾਰ ਗੁਜਰਾ, ਠੀਕ ਹੈ, ਇਹਨਾਂ ਗੱਲਾਂ ਤੋਂ ਤੂੰ ਚਲਾਨ ਕਰਨੇ ਨੇ, ਠੀਕ ਹੈ ਨਾ, ਅਤੇ ਬਸ ਇਸ਼ਾਰੇ 'ਤੇ ਖਲੋ ਕੇ ਮੁਖਤਲਿਫ ਬੰਦੇ ਨੂੰ ਮੁਖਤਲਿਫ ਤਰੀਕੇ ਨਾਲ ਇਸ਼ਾਰਿਆਂ ਨਾਲ ਲੰਘਾਉਣਾ, ਰਕਸ਼ੇ ਵਾਲੇ ਨੂੰ ਇੰਜ ਲੰਘਾਉਣਾ, ਚੱਲ ਵੀ ਚੱਲ 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 ਹੋ ਗਿਆ, ਚਿੰਚੀ ਵਾਲੇ ਨੂੰ ਜ਼ਰਾ ਫਾਸਟ ਲੰਘਾਉਣਾ, ਜ਼ਰਾ ਫਸ ਜਾਂਦਾ ਖਾਣਾ ਖਰਾਬ ਦੇ, ਫਿਰ ਆ ਗਿਆ, ਅਤੇ ਜਿਹੜਾ ਗੱਡੀ ਵਾਲਾ ਜਦੋਂ ਕੋਈ ਆਪਣੀ ਗੱਡੀ ਨੂੰ ਜ਼ਰਾ ਜ਼ਿਆਦਾ ਪ੍ਰੋਟੋਕੋਲ ਦੇਣਾ, ਅਤੇ ਜਿਹੜੇ ਮੋਟਰਸਾਈਕਲ ਵਾਲੇ ਪਹੀਆ ਚੁੱਕ ਚਲਾਉਂਦੇ ਨੇ, ਇਹਨਾਂ ਨੂੰ ਮੂੰਹ ਨਹੀਂ ਲਾਉਣਾ, ਇਹਨਾਂ ਨੂੰ ਫਟਾਫਟ ਕਰਨਾ, ਚਲੋ ਚਲੋ ਨਿਕਲਣ ਵਾਲੀ ਗੱਲ ਕਰੋ, ਨਿਕਲਣ ਵਾਲੀ ਗੱਲ ਕਰੋ, ਇਹ ਸਿੱਧੇ ਜਾਂਦੇ ਨੇ ਖਾਣਾ ਖਰਾਬ ਦੇ, ਕੜਾ ਪੋਲ ਕੇ ਵੱਜਦੇ ਨੇ ਜਾ। ਮੈਂ ਕਿਹਾ ਕਤਰੀਨਾ ਜੀ, ਸਾਡੀ ਸੋਚ ਬਹੁਤ ਅੱਛੀ ਹੈ, ਬਹੁਤ ਅੱਛੀ ਸੋਚ ਅੱਛੀ ਹੋਣੀ ਚਾਹੀਦੀ, ਪੋਜ਼ਿਟਿਵ ਸੋਚ ਰੱਖੋਗੇ ਤਾਂ ਤੁਹਾਡਾ ਮੁਲਕ ਸਰਵਾਈਵ ਕਰੇਗਾ। ਬਿਲਕੁਲ ਇੰਜ ਹੀ ਕਰਨਾ ਚਾਹੀਦਾ ਹੈ, ਮੈਂ ਤੁਹਾਨੂੰ ਬਾਕੀ ਲੋਕਾਂ ਨਾਲ ਮਿਲਵਾਉਣੀ ਆ। ਇੰਟਰੋਡਿਊਸ ਆਲ ਮੈਂਬਰ। ਓਏ ਬਾਹਰ ਆ, ਓਏ ਨਿਕਿਆ, ਮਾਸ਼ਾਅੱਲਾ, ਇਹ ਕੌਣ ਹੈ ਡਿਫੈਂਸ ਦਾ ਕੋਚ ਵਾਂ? ਕੌਣ ਆ ਤੂੰ ਮਮਤਾ ਖੁਸ਼ ਕਰਨੀ? ਸਟੂਪਿਡ ਆਦਮੀ, ਬੈਕਵਰਡ ਜ਼ੇਨ, ਮੇਰੇ ਨਾਲ ਆਰਾਮ ਨਾਲ ਗੱਲ ਕਰ, ਤੇਰੇ ਨਾਲ ਆਰਾਮ ਨਾਲ, ਤੇਰੇ ਟਾਂਕੇ ਖੁੱਲ ਜਾਂਦੇ ਨੇ ਸਾਲਿਆ, ਤੇਰੇ ਕੋ ਕੀ ਤਾਂ ਫਜ਼ਾ ਸਾਰੇ, ਤੇਰੇ ਕੋ ਕੀ ਤਾਂ ਫਜ਼ਾ, ਤੈਨੂੰ ਨਾ ਪਤਾ, ਤੇਰੀ ਗੱਲ ਸੁਣ ਲੈ, ਆਪਣਾ ਅਬਦੁਲ ਰਜ਼ੀਆ, ਸਟੂਪਿਡ ਆਦਮੀ।
ਮੈਂ ਕਸੋਨ ਮਾਰ ਕੇ ਨਾ ਤੇਰੀਆਂ ਬੀਮਾ ਹਲਾ ਦੇਣੀਆਂ। ਤੇਰਾ ਕੀ ਮਤਲਬ, ਮੈਨੂੰ ਠੀਕ ਨਹੀਂ ਕਰਨੀਆਂ ਆਉਂਦੀਆਂ? ਓਏ ਹੋਰ ਜਾਨੂ ਮੇਰੀ ਗੱਲ ਸੁਣੋ। ਤੇਰੀ ਮਾਂ ਕਰੇ ਝਾੜਦਾ ਤੁਹਾਡੇ ਨਾਲ, ਮੈਂ ਗਾੜ ਹਾਂ ਤੁਹਾਡਾ, ਮੈਂ ਗਰੰਟਡ ਹਾਂ। ਮੈਂ ਤੇਰਾ ਕੁੱਤਰਾ ਬਣਾਤਾ, ਤੇਰੀ ਮਾਂ ਦਾ ਖੋੜਾ ਨਿਕਲੇ ਦੇ। ਓਏ ਆਂਟੀ ਸ਼ੇਰ ਤੇ ਆ ਗਿਆ ਸੀ, ਮੇਰੀ ਕਤਰੀਨਾ ਤੇ ਮਾਰ ਦਿੱਤਾ ਵੇ, ਕੀਮਾ ਕਰਨ ਵਾਲੀ ਮਸ਼ੀਨ ਦੇ ਮੂੰਹ ਵਾਲਿਆ। ਤੇਰਾ ਖਾਣਾ ਖਰਾਬ ਝਾੜਨਾ ਵੇ, ਬੱਚਿਆਂ ਦੇ ਰਾਜ ਬੱਬਾ, ਖਾਣਾ ਖਰਾਬ। ਮੈਂ ਤੇਰੇ ਟਾਂਕੇ ਵੱਡੇ ਪ੍ਰੈਸ਼ਰ ਤੇ ਮਾਰਨਾ ਹਾਂ। ਮਰ ਜਾਓ, ਮੇਰੀ ਰੋਜ਼ੀ ਤੇ ਨਾ ਮਾਰੀ। ਸਟੂਪਿਡ ਆਦਮੀ, ਓਏ ਆਪਣਾ ਚਾਚਾ you Katrina Kaif? I'm fine darling. Are you remember me? Oh no. I am Musalman Khan. Oh you Musalman Khan, tell stupid Musalman Khan. It looks like someone's chuha budda ho gaya. I'm sorry about that. Don't make me a fool. I was waiting for you from Chungi Amar Sadhu. ਚੁੰਗੀ ਅਮਰ ਸਦੂ ਵੀ ਚੁੰਗੀ ਬਹੁਤ ਅੱਛੀ ਲੱਗ ਰਹੀ ਹੈ, ਇੱਕ ਤਸਵੀਰ ਮੇਰੇ ਸਾਥ ਉਤਾਰ ਲੇਂਗੀ ਨਾ, ਐਸਨ ਫੋਟੋਗ੍ਰਾਫਰ ਕੋ ਕਹਿ, ਬਹੁਤ ਅੱਛੀ ਬੜੀ ਕਰਵਾਏਂਗੇ ਔਰ ਬਸ ਮੇ ਲਗਾਏਂਗੇ। ਚਲ ਤੇਰੀ ਪਕਸ਼ਦੀ ਹੋ ਗਈ। ਮਾਈ ਐਕਸਰਸਾਈਜ਼, ਦਿਸ ਇਜ਼ ਮਾਈ ਡੌਲਾਸ, ਇਹ ਦੇਖ ਰਹੇ ਹੋ ਡੌਲਾਸ? ਵਾਟ ਇਜ਼ ਦਿਸ? ਦਿਸ ਇਜ਼ ਬਚਪਨ ਦੇ ਟੀਕਿਆਂ ਦੇ ਨਿਸ਼ਾਨ। ਓ ਸਲਮਾਨ, ਅੱਜ ਸਭ ਨਿਸ਼ਾਨ ਦਿਖਾਓ। ਓ ਹੈ, ਆਹਾ ਕਤਰੀਨਾ ਦੀ ਨਾਨੀ ਵੀ ਆਈ ਹੈ। ਤੂੰ ਹੋਏਗਾ ਕਤਰੀਨਾ। ਮੈਂ ਚਾਰ ਬੰਦੇ ਪਹਿਲੇ ਮਾਰ ਬੈਠੀ ਆ। ਨਹੀਂ ਹਲਕਾ ਜਿਹਾ ਮਹਿਸੂਸ ਤੇ ਹੋਇਆ, ਲੇਕਿਨ ਸਮਝ ਨਹੀਂ ਆ ਰਹੀ ਹੈ ਤੇਰੇ ਖੁਮਾਰੀ ਹੈ ਮੇਰੀ ਖੁਮਾਰੀ ਹੈ। ਚਾਰ ਬੰਦੇ ਮਾਰੇ ਤੇ ਮੈਂ ਪਿੰਡ ਕੱਟਾ ਮਾਰ ਦਿੱਤਾ ਹੈ, ਉਸ ਬਾਅਦ ਉਹਨੇ ਲੰਮੇ ਵਾਲ ਰੱਖੇ ਨੇ। ਚੂਹਾ ਪਲੱਸ ਕੱਟਾ। ਸਵੀਟ ਹਾਰਟ ਜੀ, ਇਹ ਮਾਈਕ ਤੇ ਵਾਲੀ ਬਾਤ ਇੱਥੇ ਸੈਕਸ ਤੇ ਆ ਪਤਲ ਮੈਨੂੰ ਮਾਰੀ ਜਾ ਰਿਹਾ, ਮੈਨੂੰ ਤੇ ਇਸ ਤਰ੍ਹਾਂ ਲੱਗਦਾ ਮੈਂ ਇਹਦੀ ਭੈਣ ਤੇ ਖਰਾਬ ਨਿਕਲ ਆਏ। ਅਰੇ ਤੇ ਤੂੰ ਸਾਨੂੰ ਮਾਰ ਜਾ, ਸਵੇਰ ਦੀ ਅੰਮੀ ਤੇਰੀ ਲੱਭਣ ਦੀ ਇਹਨੂੰ। ਤੁਮ ਵੀ ਬਹੁਤ ਖੂਬਸੂਰਤ ਹੋ, ਇੰਡੀਆ ਮੈਂ ਤੁਹਾਡੇ ਬਹੁਤ ਮੂਵੀਜ਼ ਦੇਖੀ ਹੈ ਨਾ, ਤੂੰ ਜਸਟ ਲਾਈਕ ਉਰਮਿਲਾ। ਥੈਂਕ ਯੂ ਸੋ ਮਚ। ਅਰੇ ਕਿਉਂ ਕਰ ਰਹੀ ਹੈ? ਅੱਛਾ ਤੂੰ ਕੀ ਪੁੱਛਾ ਰਿਹਾ ਕਮੀਨੇ, ਮੈਂ ਤੈਨੂੰ ਪੁੱਛਣਾ ਨਹੀਂ ਜੋ ਸਮਝਿਆ। ਦੁਕਾਨ ਦੇ ਬੱਚੇ ਹੈਲੋ ਵੀ ਛਿੱਕੀ ਪਏ, ਇਹ ਪੁੱਛਣ ਲਿਆ ਪੁੱਛਣ ਲਿਆ ਮੈਂ ਤੈਨੂੰ, ਤੂੰ ਕੀਤਾ ਮੇਰੀ ਭੈਣ ਦਾ ਕਤਲ, ਲੱਖਾਂ ਰੁਪਏ ਕਮਾਉਂਦੀ ਸੀ ਮੇਰੀ ਭੈਣ। ਨਹੀਂ ਉਹਦਾ ਕਦੋਂ ਕੀਤਾ ਹੀ, ਉਹਦਾ ਦੇ ਆਪਣਾ ਸੌਂ ਪੂਰਾ ਹੋ ਗਿਆ। ਓਏ ਮੇਰੀ ਗੱਲ ਸੁਣ ਸੋਨੀਆ, ਮੈਂ ਫਾਂਸੀ ਦਿਵਾਉਣੀ ਹੈ ਇਸ ਗੱਲ ਤੋਂ। ਸੋਨੀਆ ਅਗਰ ਤੈਨੂੰ ਵਾਕਈ ਯਕੀਨ ਹੈ ਕਿ ਮੈਂ ਤੇਰੀ ਭੈਣ ਦਾ ਕਤਲ ਕੀਤਾ, ਬਿਲਕੁਲ, ਤੇ ਠੀਕ ਹੈ ਮੈਂ ਹਾਜ਼ਰ ਹਾਂ। ਅਗਰ ਤੇਰੇ ਸੀਨੇ ਦੀ ਪਰਾਸ ਮੈਨੂੰ ਮਾਰ ਕੇ ਬੁੱਝ ਲਈਏ ਤੇ ਮੈਂ ਤੇਰੇ ਵਾਸਤੇ ਹਾਜ਼ਰ ਹਾਂ। ਚੱਲ ਕੱਪੜੇ ਬਦਲ ਕੇ ਆ, ਥਾਣੇ ਲੈ ਕੇ ਜਾਣਾ ਤੈਨੂੰ। ਤੇਰੀ ਭੈਣ ਅਕਸਰ ਖਾਬ ਚ ਆ ਕੇ ਕਹਿੰਦੀ ਹੈ ਕਿ ਮੇਰੀ ਭੈਣ ਕੱਲੀ ਰੋਤੀ ਫਿਰਦੀ, ਉਹਨੂੰ ਕੋਈ ਸਹਾਰਾ ਟੈਪ ਚੀਜ਼ ਦੇ ਦੇ। ਹਾਂਜੀ ਹਾਜ਼ਰ ਜੀ, ਆਈ ਲਵ ਯੂ। ਹੈ ਆਈ ਲਵ ਯੂ? ਇੱਥੇ ਖਲੋਈ ਦਾ ਬੰਦਾ ਬਣ ਕੇ ਆਇਆ।